ਵੀ ਜਦੋਂ ਸਿੱਖਾਂ ਦੇ ਹੱਥ 'ਚ ਰਾਜ ਆ ਗਿਆ ਹਾਂ ਜ਼ਮੀਨਾਂ ਦੇ ਮਾਲਕ ਬਣ ਗਏ ਹਾਂ ਜਦੋਂ ਪਹਿਲਾਂ ਇਹ ਭਾਈ ਕਹਾਉਂਦੇ ਸਿੱਖ ਜਿਹਨੂੰ ਭਾਈ ਕਹਿੰਦੇ ਸੀ ਭਾਈ ਸਾਹਿਬ ਜੀ ਫਿਰ ਇਹ ਸਰਦਾਰ ਬਣ ਗਏ ਜੀ ਜਦੋਂ ਇਹ ਭਾਈ ਤੋਂ ਸਰਦਾਰ ਬਣ ਗਏ ਕਹਿੰਦਾ ਫਿਰ ਸਿੱਖੀ ਡੀ ਟਰੈਕ ਹੋ ਗਈ ਲੀਹ ਤੋਂ ਲੈ ਗਈ ਹਾਂ ਤਾਂ ਜਿਹੜੀ ਅੱਜ ਤੱਕ ਮਿਲੀ ਤਾਂ ਨਹੀਂ ਚੜੀ ਤੁਹਾਨੂੰ ਲੱਗਦਾ ਵੀ ਅੰਧ ਵਿਸ਼ਵਾਸ ਨੇ ਕਿਤੇ ਨਾ ਕਿਤੇ ਆਪਾਂ ਨੂੰ ਬਹੁਤ ਹੀ ਵੱਡਾ ਖਾਰਾ ਲਾਤਾ ਵੀ ਸਿਰਫ ਇਹ ਕਹਿਣ ਦੀ ਗੱਲ ਨਹੀਂ ਜੇ ਸੋਚਦੇ ਆ ਤਾਂ ਆਪਾਂ ਨੂੰ ਐਂ ਲੱਗਦਾ ਵੀ ਆਪਾਂ ਬਹੁਤ ਪਿੱਛੇ ਚਲੇ ਗਏ ਇਹ ਸਿੱਖਾਂ ਦੇ ਵਿੱਚ ਤਾਂ ਹੁਣ ਇਹ ਹੋ ਗਿਆ ਵੀ ਸਿੱਖਾਂ ਤੇ ਹਿੰਦੂਆਂ ਨੂੰ ਖੇਡਣਾ ਹੀ ਔਖਾ ਹੋ ਗਿਆ ਜਿਹੜੇ ਅਸੀਂ ਕਹਿੰਦੇ ਸੀ ਸਿੱਖਾਂ ਦਾ ਲਓ ਜੀ ਹਿੰਦੂਆਂ ਤੇ ਅੰਧ ਵਿਸ਼ਵਾਸੀ ਨੇ ਹਿੰਦੂ ਤਾਂ ਬੁੱਤਾਂ ਦੀ ਪੂਜਾ ਕਰਦੇ ਨੇ ਹਿੰਦੂ ਤਾਂ ਕਰਦੇ ਨੇ ਮਿਹਣੇ ਮਾਰਦੇ ਸੀਗੇ ਉਹ ਸਿੱਖ ਉਦੋਂ ਵੀ ਗਏ ਗੁਜ਼ਰ ਕੇ ਜਿਹੜਾ ਗੁਰੂ ਗੋਬਿੰਦ ਸਿੰਘ ਜਿੱਥੇ ਕਹਿੰਦੇ ਵੀ ਉਹ ਟਾਹਲੀ ਸਾਹਿਬ ਗੁਰਦੁਆਰੇ ਆਏ ਨੇ ਤੇ ਉੱਥੇ ਲਓ ਜੀ ਉਹਨੇ ਅਫਸਰ ਝੋਟੀ ਚੋਈ ਆ ਕਿੱਲੇ ਨਾਲ ਬੰਨ ਕੇ ਕਿੱਲੇ ਹੀ ਚਾੜੀ ਜਾਂਦੇ ਲੋਕ ਉੱਥੇ ਲੋਕ ਕਿੱਲੇ ਵੇਚਣ ਦਾ ਕਰਕੇ ਦੁਕਾਨਦਾਰ ਆਉਂਦੇ ਨੇ ਹੁਣ ਉੱਥੇ ਮੈਂ ਕਹਿੰਦਾ ਅਮਰਿੰਦਰ ਨੂੰ ਕਿਹਾ ਅਮਰਿੰਦਰ ਮੇਰਾ ਜਾਣਦਾ ਹੀ ਸਿਆਣਾ ਕਹਿੰਦਾ ਅਸੀਂ ਤਾਂ ਚੱਕ ਕੇ ਜੀ ਲੰਗਰ 'ਚ ਮਾਰਦੇ ਹਾਂ ਬਾਲਣ ਇਕੱਠਾ ਹੋ ਜਾਂਦਾ ਮੈਂ ਯਾਰ ਬਾਲਣ ਇਕੱਠਾ ਨਾ ਦੇਖ ਤੂੰ ਅੰਧ ਵਿਸ਼ਵਾਸ ਤਾਂ ਦੇਖ ਅਕਾਲ ਤਖ਼ਤ ਦੇ ਉੱਤੇ ਜਿਹੜੀਆਂ ਬ੍ਰਾਹਮਣੀ ਤਾਕਤਾਂ ਸੀਗੀਆਂ ਬ੍ਰਾਹਮਣਵਾਦੀ ਤਾਕਤਾਂ ਦਾ ਮੁਕੰਮਲ ਕਬਜ਼ਾ ਹੋ ਗਿਆ ਤੁਸੀਂ ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਮੌਜੂਦਾ ਨੇ ਉਹ ਜਾਂ ਪਹਿਲਾਂ ਵਾਲੇ ਕਦੇ ਮਿਲਿਓ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਈ ਹੈ ਫਿਕਰਮੰਦੀ ਤੁਸੀਂ ਜ਼ਾਹਰ ਕੀਤੀ ਆਪਦੀ ਵੀ ਆਹ ਨਹੀਂ ਭਾਈ ਆਹ ਚੀਜ਼ ਹੋ ਰਹੀ ਹੈ ਪਖੰਡਵਾਦ ਨੇ ਸਾਨੂੰ ਪੱਟ ਕੇ ਰੱਖ ਦਿੱਤਾ ਬਿਲਕੁਲ ਮਿਲੇ ਹਾਂ ਜੀ ਉਹ ਵਿਚਾਰਾ ਸ਼੍ਰੋਮਣੀ ਜਿਹੜਾ ਜਿਹੜੀ ਉਹਦੀ ਮਤਲਬ ਪੋਸਟ ਆ ਇੰਨੀ ਮਤਲਬ ਜੜਹੀਣ ਆ ਵੀ ਸ਼੍ਰੋਮਣੀ ਕਮੇਟੀ ਦਾ ਕੋਈ ਪ੍ਰਧਾਨ ਉਹਦੇ ਮੈਂਬਰ ਜਦੋਂ ਮਰਜ਼ੀ ਮਤਾ ਪਾ ਕੇ ਕਹਿਣ ਵੀ ਚੰਗਾ ਹੀ ਛੋਟਾ ਜਿਹਾ ਥਾਂ ਰਾਹ ਬਣਾਤਾ ਉਹ ਤਾਂ ਵਿਚਾਰ ਨੂੰ ਅਲਟੀਮੇਟ ਅੱਧੇ ਘੰਟੇ ਦਾ ਵੀ ਨਹੀਂ ਦਿੰਦੇ ਬਾਦਲਾਂ ਨੇ ਪਹਿਲਾਂ 20-25 ਸਾਲ ਰਾਜ ਕੀਤਾ ਸਿੱਖਾਂ ਤੇ ਕੁੱਟਿਆ ਮਾਰਿਆ ਉਹ ਕਿਸ ਕਰਕੇ ਕਾਂਗਰਸ ਦੁਸ਼ਮਣ ਆ ਕਾਂਗਰਸ ਦੁਸ਼ਮਣ ਆ ਉਹ ਫਲਾਣਾ ਕਾਂਗਰਸੀ ਆ ਕਾਂਗਰਸੀ ਆ ਅੱਜ ਕਾਂਗਰਸ ਖਤਮ ਹੋ ਗਈ ਅੱਜ ਭਾਜਪਾ ਕੱਢ ਲਈ ਅੱਜ ਭਾਜਪਾ ਕਰ ਰਹੀ ਹੈ ਕਿਉਂਕਿ ਭਾਜਪਾ ਨਾਲ ਫਰਕ ਪੈ ਗਿਆ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਵੀ ਨੱਥ ਖਸਮ ਦੇ ਹੱਥ ਹਾਂ ਕਿਹਦੇ ਹੱਥ ਫਿਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਇੰਨੇ ਕਾਣੇ ਹੋ ਚੁੱਕੇ ਆ ਹਾਂ ਉਹਨਾਂ ਲਾਹੇ ਲੈ ਚੁੱਕੇ ਆਪਣੇ ਕਾਰੋਬਾਰ ਕਰ ਚੁੱਕੇ ਉਹ ਵਿਚਾਰੇ ਹੁਣ ਬੋਲਣ ਜੋਗੇ ਨਹੀਂ ਸੁਖਵੀਰ ਸਾਹਮਣੇ ਕਾਣੇ ਹੀ ਆਨੇ ਆ ਸੁਖਵੀਰ ਸਿੰਘ ਬਾਦਲ ਨੇ ਧਰਮ ਦੇ ਕਬਜ਼ਿਆਂ ਦੇ ਵਿੱਚ ਉਹਨਾਂ ਨੇ ਆਲ ਕਿਹਾ ਹੈਗਾ ਔਨ ਰਿਕਾਰਡ ਉਹਨਾਂ ਨੇ ਸਟੇਜ ਤੇ ਸਟੇਟਮੈਂਟ ਦਿੱਤੀ ਵੀ ਅਕਾਲੀ ਦਲ ਬਾਦਲ ਪਰਿਵਾਰ ਦੀ ਕੋਈ ਨਿੱਜੀ ਜਾਇਦਾਦ ਨਹੀਂ ਉਹਨਾਂ ਕਹਿਣ ਨੂੰ ਨਿੱਜੀ ਜ਼ਖੀਰ ਨੇ ਪਰਿਵਾਰ ਦੀ ਜੇ ਨਹੀਂ ਜ਼ਖੀਰ ਤੂੰ ਛੱਡ ਕੇ ਪਾਸੇ ਆ ਜਾ ਜਬਲੀਆਂ ਮਾਰਨ ਉਹਨਾਂ ਕੰਮ ਆ ਮੂਹਰੇ ਦੇਖੀ ਜਾਂਦਾ ਨਾ ਉਸ ਪੱਤਰਕਾਰਾਂ ਸਵਾਲ ਸੁਣਦਾ ਅਟਲ ਬਿਹਾਰੀ ਵਾਜਪੇਈ ਸਰਕਾਰ ਰਹੀ ਮੋਦੀ ਦੀ ਸਰਕਾਰ ਰਹੀ ਉਹ ਸਰਕਾਰ ਦੇ ਭਾਈਵਾਲ ਰਹੇ ਹੋ ਇੱਥੇ ਭਾਜਪਾ ਦੀ ਸਰਕਾਰ ਨਾਲ ਭਾਈਵਾਲ ਉੱਥੇ ਬੰਦੀ ਸਿੰਘ ਨਾਲ ਮੁੱਦਾ ਨਹੀਂ ਉਠਾਇਆ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਤਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਬਹੁਤ ਲੋਕ ਕਹਿ ਰਹੇ ਨੇ ਵੀ ਬਹੁਤ ਸਾਰੀਆਂ ਚੀਜ਼ਾਂ ਇੱਧਰ ਤੋਂ ਇੱਧਰ ਹੋ ਰਹੀਆਂ ਹੈਗੀਆਂ ਜਾਂ ਪਹਿਲਾਂ ਵਾਲਾ ਮਾਹੌਲ ਜਿਹੜਾ ਹੈਗਾ ਉਹ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਲੱਗ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇੱਕ ਪਾਸੇ ਗੱਲ ਆਉਂਦੀ ਆ ਸਿੱਖ ਫਲਸਫੇ ਦੀ ਅਤੇ ਦੂਜੇ ਪਾਸੇ ਆ ਕੇ ਦੂਜੀ ਵਿਚਾਰਧਾਰਾ ਖੜੀ ਹੋ ਜਾਂਦੀ ਹੈ ਜੇ ਅਸੀਂ ਕਿਸਾਨੀ ਅੰਦੋਲਨ ਦੀ ਗੱਲ ਕਰਦੇ ਹਾਂ ਉੱਥੇ ਵੀ ਸਿੱਖ ਵਰਸਿਜ਼ ਕਾਮਰੇਡ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹ ਚੀਜ਼ਾਂ ਸਾਹਮਣੇ ਨਿਕਲ ਕੇ ਆਈਆਂ ਵੀ ਇਹ ਬੰਦਾ ਫਲਾਨੇ ਧੜੇ ਦਾ ਇਹ ਬੰਦਾ ਫਲਾਨੇ ਧੜੇ ਦਾ ਜਿਹੜੀਆਂ ਹੁਣ ਚੀਜ਼ਾਂ ਹੋ ਰਹੀਆਂ ਹੈਗੀਆਂ ਹਾਲ ਹੀ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਕਤਲ ਹੋਇਆ ਹੈਗਾ ਉਸ ਤੋਂ ਬਾਅਦ ਕੋਟਕਪੁਰਾ ਇੱਕ ਡੇਰਾ ਪ੍ਰੇਮੀ ਦਾ ਕਤਲ ਹੋਇਆ ਹੈਗਾ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਅੰਮ੍ਰਿਤਪਾਲ ਸਿੰਘ ਨੂੰ ਨਜ਼ਰਬੰਦ ਕੀਤਾ ਗਿਆ ਹੈਗਾ ਅਤੇ ਇੱਕ ਵੱਡੀ ਸਟੇਟਮੈਂਟ ਆਈ ਇੱਕ ਕਿਸਾਨ ਆਗੂ ਵੱਲੋਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪੰਜਾਬ ਨੂੰ ਲੈ ਕੇ ਗੱਲਾਂ ਬਾਤਾਂ ਹੋਣਗੀਆਂ ਸਿੱਖੀ ਨੂੰ ਲੈ ਕੇ ਗੱਲਾਂ ਬਾਤਾਂ ਹੋਣਗੀਆਂ ਸਾਡੇ ਨਾਲ ਮੌਜੂਦ ਰਹਿਣਗੇ ਸਿੱਖ ਸਕਾਲਰ ਵੀ ਨੇ ਰਾਜਵਿੰਦਰ ਸਿੰਘ ਰਾਹੀ ਰਾਹੀ ਸਾਹਿਬ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ ਕਿਸਾਨ ਜਥੇਬੰਦੀ ਹੈ ਜਿਹੜੀ ਉਗਰਾਹਾਂ ਉਹਨਾਂ ਵੱਲੋਂ ਇੱਕ ਵੱਡਾ ਫੰਕਸ਼ਨ ਕੀਤਾ ਗਿਆ ਉੱਥੇ ਜਿਹੜੀ ਸਟੇਟਮੈਂਟ ਆਈ ਆ ਜੋਗਿੰਦਰ ਸਿੰਘ ਅਗਰਾਹਾਂ ਦੀ ਉਸ ਸਟੇਟਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜਾ ਉਹਨਾਂ ਨੇ ਕਿਹਾ ਵੀ ਮੇਰੀ ਛਾਤੀ 'ਚ ਪਿੱਤਲ ਭਰ ਦਿਓ ਇੱਕ ਹੁਣ ਬਾਬਾ ਆ ਗਿਆ ਹੁਣ ਫਿਰ ਵੱਡਾ ਬਾਬਾ ਬਣੂ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਨੇ ਕੋਟ ਕਰਕੇ ਕਿਹਾ ਕਿੱਥੇ ਹੋਇਆ ਸਮਾਗਮ ਉਹ ਸਮਾਗਮ ਬਰਨਾਲੇ ਹੋਇਆ ਸੀ ਜੀ ਨਹੀਂ ਮੈਨੂੰ ਨਹੀਂ ਪਤਾ ਉਹਦੇ ਬਾਰੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਤਾਂ ਪੜ੍ਹਦਾ ਨਹੀਂ ਤਾਂ ਮੈਂ ਅਖਬਾਰ ਦੇਖਦਾ ਵੀ ਉਹਦਾ ਕੋਈ ਬਿਆਨ ਜੋਗਿੰਦਰ ਸਿੰਘ ਉਗਰਾਹਾਂ ਦਾ ਆਇਆ ਮੈਂ ਨਾ ਸੁਣਿਆ ਜੇ ਮੈਨੂੰ ਕਿਹਨੂੰ ਭੇਜਿਆ ਹੋਊ ਮੈਂ ਸੁਣਦਾ ਵੀ ਨਹੀਂ ਸਪਸ਼ਟ ਕਰ ਲਿਆ ਤੁਹਾਡਾ ਕਲਿੱਪ ਬਹੁਤ ਚਲਾਇਆ ਗਿਆ ਉਹਦੇ ਨਾਲ ਉਹ ਕਰ ਚਲਾਇਆ ਹੋਊ ਮੈਂ ਦੇਖਿਆ ਨਹੀਂ ਅਗਲੇ ਲੋਕ ਕਹਿੰਦੇ ਸੀ ਅਗਰਾਹਾਂ ਬਾਰੇ ਪਿਛਲੇ ਦਿਨਾਂ ਦੇ ਵਿੱਚ ਪਰ ਮੈਂ ਤਾਂ ਅਗਰਾਹਾਂ ਨਾ ਪਿਛਲੇ ਦਿਨਾਂ 'ਚ ਨਹੀਂ ਦਿੱਤੀ 9 ਮਹੀਨੇ ਹੋ ਗਏ 9-10 ਮਹੀਨੇ ਹੋ ਗਏ ਹਾਂ ਉਹ ਤਾਂ ਪਹਿਲਾਂ ਕੋਈ ਇੰਟਰਵਿਊ ਹੋਈ ਆ ਉਹ 'ਚ ਕੋਈ ਲੋਕ ਕੱਟ ਕੇ ਚਲਾਤਾ ਹੁਣ ਮੈਂ ਅਗਰਾਹਾਂ ਸਾਹਿਬ ਦਾ ਕੋਈ ਸਟੇਟਮੈਂਟ ਨਹੀਂ ਸੁਣੀ ਮੈਨੂੰ ਅਖਬਾਰ ਅਗਰਾਹਾਂ ਸਾਹਿਬ ਦੇ ਕੁਝ ਮੰਗਦਾ ਉਹ ਅਕਸਰ ਹੀ ਉਹ ਕਰਦੇ ਰਹਿੰਦੇ ਨੇ ਭਗਤ ਸਿੰਘ ਦੇ ਅਕਸਰ ਹੀ ਦਿਨ ਮਨਾਉਂਦੇ ਰਹਿੰਦੇ ਨੇ ਉਹ ਕਰਦੇ ਰਹਿੰਦੇ ਜੋ ਮੈਂ ਕਹਿਣਾ ਸੀ ਅਗਰਾਹਾਂ ਸਾਹਿਬ ਬਾਰੇ ਓਵਰਆਲ ਮੈਂ ਕਹਿ ਚੁੱਕਿਆ ਹੋਊਗਾ ਅਜੇ ਮੈਂ ਉਹ 'ਚ ਕੋਈ ਤਬਦੀਲੀ ਨਹੀਂ ਕੀਤੀ ਮੇਰੀ ਉਹੀ ਸਟੈਂਡ ਤੇ ਮੈਂ ਹੈਗਾ ਜੋ ਅਗਰਾਹਾਂ ਸਾਹਿਬ ਮੈਨੇ ਕਿਹਾ ਮੈਂ ਪਹਿਲਾਂ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਚੀਜ਼ ਚੱਲੀ ਆ ਕਿਸਾਨੀ ਅੰਦੋਲਨ ਤੋਂ ਬਾਅਦ ਜਾਂ ਪਹਿਲਾਂ ਉਦੋਂ ਚੱਲਦੀ ਸੀ ਟੱਕਰ ਵਾਲੇ ਵੇਲੇ ਜਾਂ 80ਆਂ ਦੇ ਵਿੱਚ ਚੱਲਿਆ ਵੀ ਕਾਮਰੇਡ ਵਰਸਿਸ ਸਿੱਖ ਜਾਂ ਇਦਾਂ ਵੀ ਜਿਹੜੀ ਇਹ ਚੀਜ਼ ਆ ਇਹਨੇ
जो मेरिया पहला इंटरव्यू आ चुकिया ने मैं उन्होंने इंटरव्यू सारी गल अपनी क्लीयर कर चुका उन्होंने मैं दस चुका उस मैं थोड़ा पता से जो मेरे वक्ो वक्रे स्टैंड आ कामरेडा बारे सिखा बारे वो मेरे स्टैंड लोगों को क्लीयर आ उस कोई नवी गल नहीं मैं थोड़ा पहला दस भी जो कोई इंप्रूव करना होगा मैं नवी स्टडी आ गई कोई नवी गल करनी हो वो मैं करूँगा पर अजय मैं महसूस करना भी मेरा जो पहला कंटिन्यू चल रहा है उस तरह चलाई जाता लोग मैं उस खड़ा ठीक है पर आज कुछ भी नहीं बोलना नहीं अज मैं पहले ही थोड़ा कहा भी मेरा प्रोजेक्ट ही है नहीं मेरा परिचय होर प्रोजेक्ट से लग्या हो उस प्रोजेक्ट से मेरा सारा ध्यान सानू कहते भी राजविंदर सिंह राही दे नाल मुलाकात करो असीं उन्हां दीआं गल्लां सुणनियां चाहुंदे आ तुसीं कह रहे हो भी मैं तां पुराने किताबां पढ़ना ठीक है किताबां ठीक है हो गया भी लोकां दा की हो गया किताबां पढ़ना लोकां दा की हो गया भी लोकां सारा किताबां वलों ध्यान टुट गया शब्द नाल लोक टुट गए सारा मीडिया ते वीडियो ते आ गईआं मैं चाहुंदा आ भी लोक किताबां पढ़न किताब आ जिहड़ी हैगी आ ਉਹ ਲੰਬਾ ਸਮਾਂ ਜਿਉਂਦੇ ਰਹਿਣਾ ਉਹ ਤੁਹਾਡੀ ਵੀਡੀਓ ਨਿਕਲ ਜਾਂਦੀ ਆ ਚੱਲ ਗਈ ਵਿਊ ਆ ਗਏ ਹੋਰ ਆ ਗਏ ਮੈਨੂੰ ਇਹ ਮਹਿਸੂਸ ਹੋਇਆ ਕੁਛ ਸਮੇਂ ਤੋਂ ਵੀ ਤੁਹਾਡੀ ਜਿਹੜੀਆਂ ਕਿਤਾਬਾਂ 'ਚ ਤੁਸੀਂ ਗੱਲ ਕਹਿ ਸਕਦੇ ਹੋ ਉਹ ਤੁਹਾਡੀ ਗੱਲ ਨੇ ਜੇ ਲੰਬਾ ਸਮਾਂ ਰਹਿਣਾ ਹੁੰਦਾ ਉਹ ਤਾਂ ਤੁਹਾਡੀ ਕੋਈ ਜ਼ਿੰਮੇਵਾਰੀ ਵੀ ਗੱਲ ਹੁੰਦੀ ਆ ਇੱਥੇ ਤੁਸੀਂ ਗੱਲ ਹੋਰ ਢੰਗ ਨਾਲ ਕਰਦੇ ਹੋ ਕਿਤਾਬ ਤੁਸੀਂ ਜੋ ਲਿਖਣ ਮੌਕੇ ਤੁਸੀਂ ਆਪਣੀ ਗੱਲ ਨੂੰ 100 ਕੱਟ ਵੱਢ ਕਰਕੇ ਫਿਰ ਉਹਨੂੰ ਪੇਸ਼ ਕਰਦੇ ਹੋ ਸੋ ਮੈਂ ਆਪਣੇ ਉਹ ਪ੍ਰੋਜੈਕਟ 'ਤੇ ਲੱਗਿਆ ਹੋਇਆ ਮੈਂ ਤਾਂ ਨਾ ਲੋਕ ਮੇਰੀਆਂ ਕਿਤਾਬਾਂ ਪੜ੍ਹਨਾ ਕਿਤਾਬਾਂ 'ਚੋਂ ਮੈਨੂੰ ਦੇਖਣ ਵੀ ਆ ਕਿਤਾਬ 'ਚ ਕੀ ਆ ਇੱਕ ਅਮਰੀਕਾ ਦਾ ਬਹੁਤ ਵੱਡਾ ਨਾਵਲਕਾਰ ਹੋਇਆ ਹਮਿੰਗਵੇ ਹਮਿੰਗਵੇ ਨੇ ਤਾਂ ਖਾਸ ਤੌਰ 'ਤੇ ਜਿਹੜਾ ਕੋਈ ਲੇਖ ਕਿਸ ਤਰ੍ਹਾਂ ਬੋਲਦੇ ਗੱਲ ਕਰਦੇ ਨੇ ਲੈਕਚਰ ਕਰਦੇ ਨੇ ਉਹਨਾਂ ਨੇ ਵਰਜਿਆ ਹੋਇਆ ਉਹ ਕਹਿੰਦਾ ਵੀ ਜੇ ਮਤਲਬ ਤੁਸੀਂ ਲੇਖਕ ਹੋ ਸੱਚਮੁੱਚ ਲੇਖਕ ਹੋ ਤੁਹਾਨੂੰ ਆਪਣੀ ਗੱਲ ਬੋਲ ਕੇ ਨਹੀਂ ਕਹਿਣੀ ਚਾਹੀਦੀ ਲਿਖ ਕੇ ਕਹਿਣੀ ਚਾਹੀਦੀ ਆ ਤੁਹਾਡੀ ਗੱਲ ਰਿਕਾਰਡ ਫਿਰ ਹੋਣੀ ਆ ਵੀ ਲਿਖ ਕੇ ਜਦੋਂ ਕਰੋਗੇ ਜੇ ਤੁਸੀਂ ਲੇਖਕ ਆ ਜੇ ਬੋਲ ਕੇ ਤੁਸੀਂ ਲੈਕਚਰ ਕਰਤਾ ਉਹ ਨਿਕਲ ਜਾਣਾ ਹੈ ਬੱਚ ਕੋਈ ਉਹ ਹੋ ਗਿਆ ਸੋ ਇਸ ਕਰਕੇ ਮੈਂ ਜੋ ਲਿਖ ਰਿਹਾ ਕਰ ਰਿਹਾ ਗਾ ਉਹ ਮੈਨੂੰ ਐਂ ਵੀ ਲੋਕਾਂ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਲੋਕ ਕਿਤਾਬਾਂ ਟੁੱਟ ਗਏ ਕਿਤਾਬਾਂ ਦੀ ਤੁਹਾਡੀ ਗੱਲ ਜਾਣੀ ਚਾਹੀਦੀ ਆ ਕਿਤਾਬਾਂ ਨਾਲੋਂ ਜੇ ਪੰਜਾਬੀਆਂ ਦੀ ਅਸੀਂ ਗੱਲ ਕਰਦੇ ਤੁਹਾਨੂੰ ਲੱਗਦਾ ਵੀ ਬਹੁਤ ਤੇਜ਼ੀ ਨਾਲ ਲੋਕ ਟੁੱਟੇ ਨੇ ਹਾਂ ਇਹ ਤਾਂ ਹੋਇਆ ਹੀ ਆ ਸੰਭਵ ਹੀ ਆ ਕਿਤਾਬਾਂ ਪਰ ਜਿਵੇਂ ਹੁਣ ਦੇਖਦੇ ਹਾਂ ਪਰ ਦੇਸ਼ ਭਗਤ ਜਾਗਰ ਮੇਲੇ ਦੇ ਵਿੱਚ ਜਾਂ ਹੋਰ ਇੰਨੇ ਪਬਲਿਸ਼ਰ ਆ ਰਹੇ ਨੇ ਕਿਤਾਬਾਂ ਪੜ੍ਹਨ ਦਾ ਨੌਜਵਾਨ ਤੋਂ ਰੁਝਾਨ ਵੀ ਬਹੁਤ ਪੈਦਾ ਹੋਇਆ ਬਹੁਤ ਪੜ੍ਹ ਰਹੇ ਨੇ ਪਰ ਉਹਦੇ ਵਿੱਚ ਹੁਣ ਕਈ ਲੋਕ ਮੈਨੂੰ ਕਹਿੰਦੇ ਯਾਰ ਵਧੀਆ ਨਹੀਂ ਕਿਤਾਬਾਂ ਮੈਂ ਕਿਹਾ ਵੀ ਵਧੀਆ ਹੁਣ ਇਸ ਵਿੱਚ ਪੈਦਾ ਹੁੰਦੀਆਂ ਕੋਈ ਨਹੀਂ ਜੇ ਨੌਜਵਾਨਾਂ 'ਚ ਪੜ੍ਹਨ ਦਾ ਰੁਝਾਨ ਬਣ ਗਿਆ ਇੰਨਾ ਕਿਤਾਬਾਂ ਖਰੀਦ ਰਹੇ ਨੇ ਇੰਨੇ ਮੇਲਿਆਂ 'ਤੇ ਥਾਂ ਥਾਂ 'ਤੇ ਮੇਲੇ ਲੱਗ ਰਹੇ ਨੇ ਲੋਕਲ ਸ਼ਹਿਰਾਂ 'ਚ ਕਸਬਿਆਂ 'ਚ ਮਾਲਵੇ 'ਚ ਲੱਗ ਰਹੇ ਨੇ ਤਾਂ ਬਹੁਤ ਵਧੀਆ ਰੁਝਾਨ ਆ ਵੀ ਕਿਤਾਬਾਂ ਪੜ੍ਹਨਾ ਚਾਹੀਦਾ ਕਾਰਨ ਕਦੇ ਘੋਖਣ ਦੀ ਕੋਸ਼ਿਸ਼ ਕੀਤੀ ਵੀ ਕਿਤਾਬਾਂ ਨਾਲ ਟੁੱਟਣ ਦਾ ਕਾਰਨ ਕੀ ਰਿਹਾ ਉਹ ਤਾਂ ਹੁਣ ਕਾਰਨ ਸਪਸ਼ਟ ਹੀ ਆ ਵੀ ਜਿਹੜੇ ਹੁਣ ਪ੍ਰਿੰਟ ਮੀਡੀਆ ਦਾ ਸਾਰਾ ਹੀ ਸੰਕਟ ਤੇ ਜਦੋਂ ਦਾ ਹੈ ਕੰਪਿਊਟਰ ਆ ਗਿਆ ਸੋਸ਼ਲ ਮੀਡੀਆ ਆ ਗਿਆ ਪੰਜਾਬੀ ਵੈਸੇ ਕਿਤਾਬਾਂ ਪਹਿਲਾਂ ਘੱਟ ਪੜ੍ਹਦੇ ਸਾਡੇ ਕੋਲ ਪੜ੍ਹਨ ਦਾ ਰੁਝਾਨ ਹੈ ਨਹੀਂ ਸੀਗਾ ਜ਼ਿਆਦਾ ਬੜੀ ਮਤਲਬ ਮਾੜੀ ਹਾਲਤ ਸੀ ਦੂਜੀਆਂ ਕੌਮਾਂ ਦੇ ਮੁਕਾਬਲੇ ਅਤੇ ਜਿਵੇਂ ਕਿ ਕੇਰਲਾ ਜਾਂ ਕਲਕੱਤੇ ਦੇ ਲੋਕ ਕਿਤਾਬਾਂ ਬਹੁਤ ਜ਼ਿਆਦਾ ਪੜ੍ਹਦੇ ਨੇ ਜਦੋਂ ਉਹਨਾਂ ਦੇ ਕੋਈ ਉਤਸਵ ਹੁੰਦੇ ਨੇ ਜਾਂ ਕੋਈ ਉਹਦੇ ਫੈਸਟੀਵਲ ਹੁੰਦੇ ਨੇ ਤਿਉਹਾਰ ਹੁੰਦੇ ਨੇ ਉਹ ਤਿਉਹਾਰਾਂ ਦੇ ਵਿੱਚ ਕਿਤਾਬਾਂ ਦਿੰਦੇ ਨੇ ਗਿਫਟ ਦੇ ਤੌਰ 'ਤੇ ਲੋਕਾਂ ਨੂੰ ਅਤੇ ਜਦੋਂ ਸਾਡੇ ਇਹਦਾ ਰਿਵਾਜ਼ ਨਹੀਂ ਸੀ ਸਾਡੇ ਕੋਈ ਝਾਕਦਾ ਨਹੀਂ ਸਾਡੇ ਗੁਰਦੁਆਰਿਆਂ 'ਚ ਵੀ ਇਹੀ ਹਾਲ ਆ ਪਰਸੋਂ ਇੱਥੇ ਗੁਰੂ ਨਾਨਕ ਸਾਹਿਬ ਦੇ ਮਤਲਬ ਗੁਰਪੁਰਬ 'ਤੇ 34 ਸੈਕਟਰ ਦੇ ਗੁਰਦੁਆਰੇ 'ਚ ਬਹੁਤ ਵੱਡਾ ਇਕੱਠ ਅਸੀਂ ਵੀ ਗਏ ਉੱਥੇ ਸਰਦਾਰ ਮੋਹਨ ਸਿੰਘ ਜੀ ਬੜੇ ਲੰਬੇ ਸਮੇਂ ਤੋਂ ਕਿਤਾਬਾਂ ਦੇ ਸਟਾਲ ਲਾਉਂਦੇ ਨੇ ਬੜੇ ਹਿੰਮਤੀ ਨੇ ਕਿਤਾਬਾਂ ਲਿਆਉਂਦੇ ਕੋਸ਼ਿਸ਼ ਹੁੰਦੀ ਵੀ ਲੋਕਾਂ ਤੱਕ ਕਿਤਾਬਾਂ ਪਹੁੰਚਣ ਅਤੇ ਲੋਕ ਉੱਥੇ ਮੱਥਾ ਟੇਕਣ ਦੀ ਖਾਤਰ ਧੱਕ ਮਧੱਕੀ ਲੰਗਰ 'ਤੇ ਧੱਕ ਮਧੱਕੀ ਤੋ ਕਿਤਾਬਾਂ ਮੈਂ ਦੂਰੋਂ ਦੇਖਿਆ ਕਿਤਾਬਾਂ ਕੋਲ ਵਿਚਾਰਾ ਇਕੱਲਾ ਖੜਾ ਕਿਤਾਬ ਕੋਲੋਂ ਕੋਈ ਦੇਖੇ ਨਾ ਇਹ ਹਾਲ ਆ ਸਾਡਾ ਖਾਸ ਕਰਕੇ ਸਿੱਖ ਭਾਈਚਾਰੇ ਦਾ ਤਾਂ ਬਹੁਤ ਬੁਰੀ ਹਾਲਤ ਆ ਉਹ ਸਾਡੇ ਨੇੜੇ ਰੈਕੋਰਟ ਦੇ ਨੇੜੇ ਟਾਹਲੀ ਸਾਹਿਬ ਗੁਰਦੁਆਰਾ ਜੀ ਬਿਲਕੁਲ ਉਹ ਸ਼੍ਰੋਮਣੀ ਕਮੇਟੀ ਦੇ ਬਾਹਰ ਕਿਤਾਬਾਂ ਵੇਚਦੇ ਨੇ ਜੀ ਅਤੇ ਉਹਨਾਂ ਨੂੰ ਮੈਂ ਕਿਹਾ ਜੀ ਕਿ ਤੁਸੀਂ ਕਿਤਾਬਾਂ ਉਹ ਅੰਦਰ ਕਿਉਂ ਲਾਉਂਦੇ ਹੋ ਤੁਸੀਂ ਬਾਹਰ ਸਟਾਲ ਲਾਇਆ ਕੋਈ ਬਰਾਬਰ ਤੁਹਾਡੇ ਪੁੰਨਿਆਂ 'ਤੇ ਐਡਾ ਇਕੱਠ ਹੁੰਦਾ ਪੁੰਨਿਆਂ ਦਾ ਮੇਲਾ ਲੱਗਦਾ ਕੋਈ ਅੰਤ ਹਿਸਾਬ ਹੀ ਨਹੀਂ ਇੰਨਾ ਹੁੰਦਾ ਅਤੇ ਸੜਕਾਂ ਜਾਮ ਹੋ ਜਾਂਦੀਆਂ ਲੋਕ ਦੁੱਧ ਦੀਆਂ ਚੱਕੀ ਫਿਰਦੇ ਨੇ ਉੱਥੇ ਕਿੱਲੇ ਚਾੜਦੇ ਲਓ ਜੀ ਉੱਥੇ ਗੁਰੂ ਨੇ ਅਵਸਰ ਝੋਟੀ ਚੋਈ ਸੀਗੀ ਕਿੱਲੇ ਹੀ ਢੇਰ ਲੱਗ ਜਾਂਦੇ ਨੇ ਟਰੱਕਾਂ ਦੇ ਟਰੱਕ ਜਿਹੜੇ ਕਿੱਲੇ ਲੋਕ ਉਹ ਕਿੱਲਿਆਂ ਦੀਆਂ ਦੁਕਾਨਾਂ ਲੱਗਣ ਲੱਗ ਗਈਆਂ ਉਹ ਸਿੱਖਾਂ 'ਚ ਉਹਨਾਂ ਦਾ ਵਿਸ਼ਵਾਸ ਤਾਂ ਆ ਹੀ ਗਿਆ ਅਤੇ ਮੈਂ ਕਿਤਾਬਾਂ ਲਾਇਆ ਕਹਿੰਦੇ ਜੀ ਪੜ੍ਹਦਾ ਹੀ ਨਹੀਂ ਕੋਈ ਫਿਰ ਜਦੋਂ ਮੈਂ ਇੱਕ ਵਾਰੀ ਗਿਆ ਉੱਥੇ ਕੋਈ ਲੇਡੀ ਕੁੜੀ ਸੀਗੀ ਸੇਵਾਦਾਰਨ ਲਾਈ ਹੋਈ ਉਹਨੇ ਉਹਦੇ ਮੂਹਰੇ ਪਰਦਾ ਜਿਹਾ ਲਟਕਾਇਆ ਹੋਇਆ ਜਿਵੇਂ ਟਰਾਂਸਪੇਰੈਂਟ ਮੋਮੀ ਕਾਗਜ਼ ਜਿਹਾ ਹੁੰਦਾ ਜੀ ਅਤੇ ਪਿੱਛੇ ਉਹਨੇ ਕਿਤਾਬਾਂ ਲਾਈਆਂ ਹੋਈਆਂ ਮੈਂ ਆਖਿਆ ਬੀਬੀ ਇਸ ਤਰ੍ਹਾਂ ਦਾ ਹੈਗਾ ਕਹਿੰਦੇ ਜਿਹੜਾ ਧੂੜ ਦਾ ਉੱਤੋਂ ਸੰਗ ਤੋਂ ਲੰਘਦੇ ਇੰਨੀ ਉਹ ਪੁੰਨੇ ਵਾਲੇ ਦਿਨ ਇੰਨੀ ਧੂੜ ਪੈ ਜਾਂਦੀ ਆ ਧੂੜ ਤੋਂ ਅਸੀਂ ਬਚਣ ਦਾ ਕਰਕੇ ਲਾਇਆ ਮੈਂ ਕੋਈ ਆਉਂਦਾ ਵੀ ਆ ਕਿ ਪੁੰਨੇ ਵਾਲੇ ਦਿਨ ਕਹਿੰਦੀ ਕੋਈ ਨਹੀਂ ਆਉਂਦਾ ਸਾਨੂੰ ਤਾਂ ਇਹ ਹੁੰਦਾ ਵੀ ਪੁੰਨੇ ਵਾਲੇ ਦਿਨ ਚੱਕ ਅੰਦਰ ਹੀ ਰੱਖ ਲਗੇ ਕਾਹਨੂੰ ਧੂੜ ਪਾਉਣੀ ਆ ਕਿਤਾਬਾਂ 'ਤੇ ਸੋ ਪੜ੍ਹਨ ਦਾ ਤਾਂ ਸਾਡੇ ਅੰਦਰ ਇਹੀ ਆ ਸਿੱਖਾਂ 'ਚ ਵੀ ਪੜ੍ਹਦਾ ਹੀ ਨਹੀਂ ਕੋਈ ਪਰ ਹੁਣ ਜੇ ਰੁਝਾਨ ਬਣਿਆ ਨੌਜਵਾਨਾਂ 'ਚ ਪੜ੍ਹਨ ਦਾ ਰੁਝਾਨ ਬਹੁਤ ਵਧੀਆ ਗੱਲ ਆ ਅਸੀਂ ਉਹਨੂੰ ਵੈਲਕਮ ਕਹਿਣਾ ਚਾਹੀਦਾ ਵੀ ਨੌਜਵਾਨ ਪੜ੍ਹਨ ਲੱਗੇ ਨੇ ਰਾਹੀ ਸਾਹਿਬ ਜਿਹੜੀ ਤੁਸੀਂ ਅੰਧ ਵਿਸ਼ਵਾਸ ਨੂੰ ਲੈ ਕੇ ਗੱਲ ਕਰੀ ਹੈ ਤੁਹਾਨੂੰ ਲੱਗਦਾ ਵੀ ਅੰਧ ਵਿਸ਼ਵਾਸ ਨੇ ਕਿਤੇ ਨਾ ਕਿਤੇ ਆਪਾਂ ਨੂੰ ਬਹੁਤ ਹੀ ਵੱਡਾ ਖਾਰਾ ਲਾਤਾ ਵੀ ਸਿਰਫ ਇਹ ਕਹਿਣ ਦੀ ਗੱਲ ਨਹੀਂ ਜੇ ਸੋਚਦੇ ਹਾਂ ਤਾਂ ਆਪਾਂ ਨੂੰ ਐਂ ਲੱਗਦਾ ਵੀ ਆਪਾਂ ਬਹੁਤ ਪਿੱਛੇ ਚਲੇ ਗਏ ਇਹ ਤਾਂ ਜੀ ਹੁਣ ਸਿੱਖੀ 'ਚ ਹੋਈ ਗੱਲ ਸਾਰੇ ਕਹਿੰਦੇ ਨੇ ਦੇਖ ਹੀ ਰਹੇ ਹਾਂ ਸਿੱਖੀ 'ਚ ਇੰਨਾ ਅੰਧ ਵਿਸ਼ਵਾਸ ਪੈਦਾ ਹੋ ਗਿਆ ਤੁਸੀਂ ਹੁਣ ਉਸ ਇਲਾਕੇ ਤੋਂ
रामपुरा फूल तो जी उत्थे हुण गुरु तेग बहादुर साहब जी दा पवित्र गुरुद्वारा गा हंडाए उत्थे एक गुरुद्वारा अड़ी सर उहदे बारे इन्नियां फोटोआं पाई जांदे ने आ वीडियो पाई जांदे ने सोशल मीडिया ते मैनूं तां हुण देखदे ने लोक दसदे ने वी उत्थे लैणा लओ जी अड़ी सर इत्थे अड़े होए कम लोकां दे पूरे हुंदे ने जी अड़े होए कम उत्थे हुंदे ने ਇਹ ਸਿੱਖਾਂ ਦੇ ਵਿੱਚ ਤਾਂ ਹੁਣ ਇਹ ਹੋਗਾ ਵੀ ਸਿੱਖਾਂ ਅਤੇ ਹਿੰਦੂਆਂ ਨੂੰ ਖੇਡਣਾ ਹੀ ਔਖਾ ਹੋ ਗਿਆ ਜਿਹੜੇ ਅਸੀਂ ਕਹਿੰਦੇ ਸੀ ਸਿੱਖਾਂ ਦਾ ਲਓ ਜੀ ਹਿੰਦੂਆਂ 'ਤੇ ਅੰਧ ਵਿਸ਼ਵਾਸੀ ਨੇ ਹਿੰਦੂ ਤਾਂ ਬੁੱਤਾਂ ਦੀ ਪੂਜਾ ਕਰਦੇ ਨੇ ਹਿੰਦੂ ਤਾਂ ਆਹ ਕਰਦੇ ਨੇ ਮਿਹਣੇ ਮਾਰਦੇ ਸੀਗੇ ਉਹ ਸਿੱਖ ਉਦੋਂ ਵੀ ਗਏ ਗੁਜ਼ਰ ਕੇ ਉੱਥੇ ਅੜੀ ਸਰ 'ਤੇ ਕਹਿੰਦੇ ਜੀ ਮਸ਼ਹੂਰ ਇੰਨਾ ਹੋ ਗਿਆ ਵੀ ਉਹ ਤਾਂ ਸੈਂਕੜੇ ਗੱਡੀਆਂ ਰੋਜ਼ ਆਉਂਦੀਆਂ ਨੇ ਵੀ ਅੜੇ ਹੋਏ ਕੰਮ ਜੀ ਲੋਕਾਂ ਨੇ ਪੂਰੇ ਹੋਣ ਲੱਗ ਗਏ ਸੋ ਸਿੱਖਾਂ ਦਾ ਕੋਈ ਇੱਦਾਂ ਦਾ ਮਤਲਬ ਕੋਈ ਅਥਾਰਟੀ ਨਹੀਂ ਰਹਿ ਗਈ ਨਾ ਕੋਈ ਕਾਲਤਾ ਹਰਾ ਜਹਾਦਾ ਨਾ ਕੋਈ ਹੋਰ ਉਹਨੂੰ ਵਰਜੇ ਵੀ ਨਹੀਂ ਇਹ ਕੁਛ ਨਹੀਂ ਚਲਾਉਣਾ ਇਹ ਅੰਧ ਵਿਸ਼ਵਾਸ ਆ ਇਹ ਬਿਲਕੁਲ ਨਹੀਂ ਚਲਾਉਣਾ ਚਾਹੀਦਾ ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉੱਥੇ ਦੋ ਟਰੱਕ ਕਿੱਲਿਆਂ ਦੇ ਇਕੱਠੇ ਹੋ ਜਾਂਦੇ ਨੇ ਹਰ ਪੁੰਨਿਆ 'ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜਿੱਥੇ ਕਹਿੰਦੇ ਵੀ ਉਹ ਟਾਹਲੀ ਸਾਹਿਬ ਗੁਰਦੁਆਰੇ ਆਏ ਨੇ ਜੀ ਵੀ ਉੱਥੇ ਆ ਕੇ ਉਹਨੂੰ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਦੀ ਭਾਈ ਨੂਰੇ ਨੇ ਖਬਰ ਦਿੱਤੀ ਆ ਭਾਈ ਉੱਥੇ ਛੋਟੇ ਸਾਹਿਬ ਸਾਹਿਬ ਸ਼ਹੀਦ ਕਰਤੇ ਜੀ ਅਤੇ ਉੱਥੇ ਲਓ ਜੀ ਉਹਨੇ ਉਸਰ ਝੋਟੀ ਚੋਈ ਆ ਕਿੱਲੇ ਨਾ ਬੰਨ੍ਹ ਕੇ ਕੁੱਲੇ ਵੀ ਚਾੜੀ ਜਾਂਦੇ ਲੋਕ ਉੱਥੇ ਲੋਕ ਕਿੱਲੇ ਵੇਚਣ ਦਾ ਕਰਕੇ ਦੁਕਾਨਦਾਰ ਆਉਂਦੇ ਨੇ ਐਡੇ ਐਡੇ ਕਿੱਲੇ ਕਢਾ ਕੇ ਹੁਣ ਉੱਥੇ ਮੈਂ ਕਹਿੰਦਾ ਅਮਰਿੰਦਰ ਨੂੰ ਕਿਹਾ ਅਮਰਿੰਦਰ ਮੇਰਾ ਜਾਣਦਾ ਹੀ ਸਿਆਣਾ ਕਹਿੰਦਾ ਅਸੀਂ ਤਾਂ ਚੱਕ ਕੇ ਜੀ ਲੰਗਰ 'ਚ ਮਾਰਦੇ ਹਾਂ ਬਾਲਣ ਇਕੱਠਾ ਹੋ ਜਾਂਦਾ ਮੈਂ ਯਾਰ ਬਾਲਣ ਇਕੱਠਾ ਨਾ ਦੇਖ ਤੂੰ ਅੰਧ ਵਿਸ਼ਵਾਸ ਤਾਂ ਦੇਖ ਵੀ ਕਿੱਡਾ ਵੱਡਾ ਅੰਧ ਵਿਸ਼ਵਾਸ ਆ ਜਦੋਂ ਲੋਕ ਜਾ ਕੇ ਉੱਥੇ ਕਿੱਲੇ ਚਾੜਦੇ ਨੇ ਮੱਥਾ ਕਿੱਲੇ ਨੂੰ ਟੱਕੀ ਜਾਂਦੇ ਨੇ ਸੋ ਸਿੱਖਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਰੂਹਾਨੀ ਹਸਤੀ ਜਾਂ ਕੋਈ ਅਥਾਰਟੀ ਵੀ ਉਹਨਾਂ ਨੂੰ ਰੋਕ ਕੇ ਵੀ ਅੰਧ ਵਿਸ਼ਵਾਸ ਨਹੀਂ ਕਰਨੇ ਸਿੱਖੀ 'ਚ ਹੈ ਨਹੀਂ ਉਹ ਬਿਲਕੁਲ ਖਤਮ ਹੋ ਗਿਆ ਕਿਉਂਕਿ ਅਕਾਲ ਤਖ਼ਤ ਦੇ ਉੱਤੇ ਜਿਹੜੀਆਂ ਬ੍ਰਾਹਮਣੀ ਤਾਕਤਾਂ ਸੀਗੀਆਂ ਬ੍ਰਾਹਮਣਵਾਦੀ ਤਾਕਤਾਂ ਦਾ ਮੁਕੰਮਲ ਕਬਜ਼ਾ ਹੋ ਗਿਆ ਜਿਹੜੀਆਂ ਸੰਪਰਦਾਵਾਂ ਨੇ ਟਕਸਾਲਾਂ ਨੇ ਹੋਰ ਬ੍ਰਾਹਮਣਵਾਦ ਦਾ ਪ੍ਰਚਾਰ ਕਰਦੀਆਂ ਨੇ ਇਹੋ ਜਿਹਾ ਕੰਮਾਂ 'ਚ ਆਪ ਪ੍ਰਚਾਰਕ ਨੇ ਉਹ ਸਾਰੀਆਂ ਦੇ ਸਲਾਹਕਾਰ ਬਣ ਗਈਆਂ ਉਹਨਾਂ ਦੀ ਸਲਾਹ ਨਾਲ ਸਾਰਾ ਕੁਛ ਹੁੰਦਾ ਜਿਵੇਂ ਕਿ ਉਹਨੇ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕੀਤਾ ਜੀ ਤਾਂ ਨਾਨਕ ਸ਼ਾਹੀ ਜਦੋਂ ਕੈਲੰਡਰ ਦਾ ਕਤਲ ਕਰੋਗੇ ਤਾਂ ਉਹਦੇ ਵਿੱਚੋਂ ਆਹੀ ਕੁਛ ਨਿਕਲਣਾ ਫਿਰ ਜਿਹੜਾ ਸਿੱਖੀ ਦਾ ਮਤਲਬ ਸਿਧਾਂਤ ਆ ਗੁਰੂ ਦਾ ਦਰਸ਼ਨ ਆ ਉਹ ਤਾਂ ਪਾਸੇ ਜਾਊਗਾ ਹੀ ਜਾਊਗਾ ਉੱਥੇ ਫਿਰ ਬ੍ਰਾਹਮਣੀ ਕਲ ਸਾਰੀਆਂ ਰਸਮਾਂ ਰਿਵਾਜ਼ਾਂ ਨੇ ਲੈ ਲੈਣੀਆਂ ਸੋ ਉੱਥੇ ਕੋਈ ਹੈ ਹੀ ਨਹੀਂ ਜੋ ਕੁਛ ਉੱਥੇ ਫੈਸਲੇ ਹੁੰਦੇ ਨੇ ਉਹ ਸਾਰੀਆਂ ਬ੍ਰਾਹਮਣੀ ਕਲ ਤਾਕਤਾਂ ਦੇ ਪ੍ਰਭਾਵ ਥੱਲੇ ਸੰਪਰਦਾਵਾਂ ਦੇ ਪ੍ਰਭਾਵ ਥੱਲੇ ਹੁੰਦੇ ਨੇ ਜਿਹੜੀਆਂ ਉਹ ਸੰਪਰਦਾਵਾਂ ਜਿਹੜੀਆਂ ਸਿਰਫ ਆਪਦੇ ਮਹਾਂਪੁਰਸ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਰਦੇ ਥੱਲੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਆੜ ਲਈ ਹੋਈ ਉਹਨਾਂ ਨੇ ਉਹਦੇ ਥੱਲੇ ਰੱਖ ਕੇ ਉਸ ਆੜ ਥੱਲੇ ਉਹ ਆਪਦੇ ਮਹਾਂਪੁਰਸ਼ਾਂ ਨੂੰ ਜਿਹੜੇ ਬ੍ਰਾਹਮਣੀ ਕਲ ਮਹਾਂ ਉਹਨਾਂ ਨੂੰ ਪ੍ਰਮੋਟ ਕਰਦੀਆਂ ਨੇ ਉਹਨਾਂ ਬਰਸੀਆਂ ਮਨਾਉਂਦੀਆਂ ਉਹਨਾਂ ਨੂੰ ਸਤਿਗੁਰੂ ਵਜੋਂ ਉਹਨੂੰ ਮੱਥੇ ਟਿਕਾਉਂਦੀਆਂ ਉਹਨਾਂ ਨੂੰ ਸਾਰਾ ਕੁਝ ਪ੍ਰਮੋਸ਼ਨ ਕਰਦੀਆਂ ਨੇ ਅਤੇ ਇਹ ਸਾਰਾ ਕੁਝ ਚੱਲ ਰਿਹਾ ਤਾਂ ਕੋਈ ਰੋਕਣ ਵਾਲਾ ਨਹੀਂ ਅਤੇ ਜਿਹੜੇ ਕਾਲ ਤਖ਼ਤ ਚਾਹੇ ਜਥੇਦਾਰ ਮੌਜੂਦਾ ਗਾ ਚਾਹੇ ਪੁਰਾਣੇ ਜਥੇਦਾਰ ਦਾ ਅਤੇ ਹੁਮ ਹਮਾ ਕੋ ਸੰਪਰਦਾਵਾਂ ਦੇ ਜਿਹਨੂੰ ਮਹਾਂਪੁਰਸ਼ ਕਿਹਾ ਜਾਂਦਾ ਜਿਹੜੇ ਖੁਦ ਜਾਤ ਪ੍ਰਾਪਤ ਸੀਗੇ ਉਹਨਾਂ ਬਰਸੀਆਂ 'ਤੇ ਜਾਂਦੇ ਨੇ ਉੱਥੇ ਲੱਖਾਂ ਦਾ ਇਕੱਠ ਹੁੰਦਾ ਉਹਨੂੰ ਵੋਟ ਦਿੰਦੀ ਆ ਪਿੱਛੇ ਵੀ ਯਾਰ ਜਿਹੜੇ ਬਾਦਲ ਦਲ ਆ ਜਿਹਦਾ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਅਕਾਲ ਤਖ਼ਤ 'ਤੇ ਕਬਜ਼ਾ ਉਹਨੂੰ ਪਿੱਛੇ ਵੋਟਾਂ ਦਿੰਦੀਆਂ ਵੀ ਜਿਹੜੇ ਸੰਤ ਮਹਾਂਪੁਰਸ਼ ਕੋਲੇ ਕਿ ਬ੍ਰਾਹਮਣ ਕਲਬਾ ਦਾ ਪ੍ਰਚਾਰ ਕਰਦਾ ਉਹਨੂੰ ਲੱਗਦਾ ਵੀ ਆ ਤਾਂ ਵੋਟਾਂ ਨੇ ਛੱਡੀਆਂ ਯਾਰ ਵੋਟ ਕਿਉਂ ਵਿਗਾੜਨੀਆਂ ਉੱਥੇ ਆਉਂਦੀਆਂ ਮਿਸਾਲ ਦੇ ਤੌਰ 'ਤੇ ਹੁਣ ਤੁਹਾਡੇ ਰਾਮਪੁਰ ਦੇ ਨੇੜੇ ਗਾਹਾਂ ਚਲੇ ਜਾਓ ਪੁੱਛੋ ਉੱਥੇ ਹੁਣ ਡੇਰਾ ਰੂਮੀ ਵਾਲਾ ਉੱਥੇ ਦਲਿਤ ਵਰਗ ਦਾ ਲੰਗਰ ਅਲੱਗ ਆ ਪਰ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੋਇਆ ਕਿੰਨੇ ਵਾਰ ਮਸਲਾ ਅਕਾਲ ਤਖ਼ਤ 'ਤੇ ਗਿਆ ਕਿੰਨੇ ਵਾਰ ਸਾਰੀਆਂ ਗੱਲਾਂ ਹੋਈਆਂ ਪਰ ਅਕਾਲ ਤਖ਼ਤ ਦਾ ਜਥੇਦਾਰ ਬਾਦਲਾਂ ਤੋਂ ਬਿਨਾਂ ਕੋਈ ਐਕਸ਼ਨ ਨਹੀਂ ਲੈ ਸਕਦਾ ਕੋਹਨੂੰ ਵੋਟਾਂ ਦਿੰਦੀਆਂ ਵੀ ਯਾਰ ਉੱਥੇ ਸਰਦਾ ਪਾਣਾ ਇੰਨੇ ਲੋਕ ਆਉਂਦੇ ਨੇ ਸਾਡੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਸਾਡੇ ਤਾਂ ਸਰਦਾ ਹੀ ਬਾਬੇ ਪ੍ਰਤੀ ਇੰਨੀਆਂ ਆ ਪਿਛਲੇ ਦਿਨ ਉਹ ਬਾਬੇ ਦੀਆਂ ਕੁਛ ਵੀਡੀਓ ਵੀ ਲੋਕਾਂ ਨੇ ਹੱਸ ਹੱਸ ਕੇ ਦੇਖੀਆਂ ਵੀ ਬਾਬਾ ਕਦੇ ਕਹਿੰਦਾ ਮੈਨੂੰ ਵਿਆਹ ਕਰਾਉਣ ਨੂੰ ਜੀ ਕਰਦਾ ਕਦੇ ਮੇਰਾ ਆਹ ਕੁਛ ਕਰਨ ਨੂੰ ਜੀ ਕਰਦਾ ਇਹਦੀਆਂ ਲੋਕਾਂ ਨੇ ਵੀਡੀਓ ਸ਼ੇਅਰ ਕੀਤੀਆਂ ਨੇ ਪਰ ਲੋਕ ਉੱਥੇ ਫਿਕਰ ਸਰਦਾਵਾਨ ਤਾਂ ਅਕਾਲ ਤਖ਼ਤ ਦਾ ਜਿਹੜਾ ਜਹੇਦਾਰ ਆ ਜਾਂ ਕੋਈ ਅਕਾਲ ਤਖ਼ਤ ਦੀ ਅਥਾਰਟੀ ਆ ਜਾਂ ਸ਼੍ਰੋਮਣੀ ਕਮੇਟੀ ਵਾਲੇ ਉਹ ਮਸਲਾ ਹੱਲ ਨਹੀਂ ਕਰਾ ਸਕਦੇ ਯਾਰ ਸਿੱਖੀ ਸਿਧਾਂਤਾਂ ਦੇ ਉਲਟਾ ਵੀ ਜੋ ਗੁਰੂ ਸਾਹਿਬ ਨੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਉਹ ਸਾਰਾ ਕੁਛ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਰੱਖਿਆ ਵਾ ਜੇ ਇਹਦਾ ਪ੍ਰਕਾਸ਼ ਆ ਉੱਥੇ ਨਹੀਂ ਚੱਲਣਾ ਤੁਸੀਂ ਡਿਗਰਾ ਚਲਾਉਣਾ ਚਲਾਓ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਕਰੋ ਉੱਥੇ ਜਾ ਕੇ ਕਿਸੇ ਗੁਰਦੁਆਰੇ ਜਮ੍ਹਾਂ ਕਰਾ ਦਿਓ ਰਾਹੀ ਸਾਹਿਬ ਜਿਹੜੀ ਇੱਕ ਹੋਰ ਵੀ ਗੱਲ ਚੱਲਦੀ ਹੈ ਵੀ ਸਿੱਖਾਂ ਦੇ ਵਿੱਚ ਲੀਡਰ ਹੈ ਨਹੀਂ ਸਿੱਖਾਂ ਦਾ ਕੋਈ ਲੀਡਰ ਦੀ ਬੜੀ ਘਾਟ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਮੰਨਦੇ ਹੋ ਵੀ ਇਹੀ ਗੱਲ ਆ ਤਾਂ ਹੀ ਐਂ ਹੋ ਰਿਹਾ ਹੈਗਾ ਕਿ ਨਹੀਂ ਵੀ ਇਹ ਵੀ ਇੱਕ ਦੇਖੋ ਜੀ ਸਿੱਖਾਂ ਦੇ ਵਿੱਚ ਜਿਹੜੀ ਲੀਡਰਸ਼ਿਪ ਦੀ ਘਾਟ ਆ ਹਾਂ ਉਹ ਤਾਂ ਤੁਹਾਨੂੰ ਪੁਰਾਣੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਾਣਾ ਪਊ ਹਿਸਟਰੀ ਦੇ ਵਿੱਚ ਹੀ ਸਾਡਾ ਖਲਾਅ ਪੈਦਾ ਹੋ ਗਿਆ ਜੀ ਹਿਸਟਰੀ ਦੇ ਵਿੱਚੋਂ ਜਦੋਂ ਇਹ ਵੱਖ ਵੱਖ ਮਿਸਲਾਂ ਹੋ ਗਈਆਂ ਕੁਝ ਇਕੱਠੀਆਂ ਹੋ ਜਾਂਦੀਆਂ ਸੀ ਕਿ ਲੜ ਪੈਂਦੀਆਂ ਸੀਗੀਆਂ ਜੀ ਉਦੋਂ ਬਾਅਦ ਹੀ ਧਾਰਮਿਕ ਤੌਰ 'ਤੇ ਵੀ ਕੋਈ ਸਾਡੇ ਕੋਲ ਹਸਤੀ ਹੈ ਨਹੀਂ ਕੋਈ ਮਹਾਂਪੁਰਸ਼ ਜਿਹੜਾ ਸਿੱਖਾਂ ਨੂੰ ਮਤਲਬ ਉਸ ਰੂਪ 'ਚ ਇਕੱਠਾ ਹੋ ਜਾਵੇ ਤਾਂ ਹੀ ਸਾਡਾ ਬ੍ਰਾਹਮਣਵਾਦ ਨੇ ਕਬਜ਼ਾ ਕਰ ਲਿਆ ਮੁੜ ਕੇ ਬ੍ਰਾਹਮਣਵਾਦ ਸਾਡੇ ਗੁਰਦੁਆਰਾਂ 'ਚ ਆਇਆ ਨਿਰਮਲੇ ਉਦਾਸੀਏ ਗੁਰਦੁਆਰਾਂ 'ਤੇ ਕਬਜ਼ਾ ਹੋ ਗਏ ਜੀ ਉਸੇ ਤਰ੍ਹਾਂ ਜਿਹੜਾ ਮਤਲਬ ਸਿੱਖ ਮਿਸਲਾਂ ਦੇ ਰਾਜ ਕਾਇਮ ਹੋਏ 52 ਸਟੇਟਾਂ ਬਣੀਆਂ ਸਿੱਖਾਂ ਦੀਆਂ ਜਿਉਂਦ ਬਣ ਗਈ ਨਾਭਾ ਬਣ ਗਈ ਨਾਲਾਗੜ੍ਹ
ਢਿੱਲੋਂਆਂ ਦਾ ਸਾਰਿਆਂ ਦੇ ਆਪਣੇ ਜਾਤ ਆਧਾਰਿਤ ਗੋਤ ਆਧਾਰਿਤ ਸਟੇਟਾਂ ਕਾਇਮ ਹੋਣਗੀਆਂ ਤਾਂ ਸਾਰੇ ਉਹ ਸਿੱਖ ਸਟੇਟਾਂ ਕਹੇ ਜਾਂਦੇ ਉਹ ਪਰਸਨਲ ਸਟੇਟਾਂ ਸੀਗੀਆਂ ਜਿਹੜਾ ਕਿ ਗੁਰੂ ਦੇ ਸਿਧਾਂਤ ਅਨੁਸਾਰ ਤੋਂ ਚੱਲਣਾ ਕੀ ਆ ਬਹੁਤ ਦੂਰ ਜਿਹਨੇ ਬ੍ਰਾਹਮਣਵਾਦ ਦਾ ਪ੍ਰਚਾਰ ਕੀਤਾ ਜਿਵੇਂ ਕਿ ਪਟਿਆਲੇ ਵਾਲੀ ਸਟੇਟ ਆ ਸਾਰਾ ਕੁਛ ਆ ਹੁਣ ਉੱਥੇ ਮਾਤਾ ਦੇ ਬਣਾਉ ਮੰਦਿਰ ਬਣਾਉਣੇ ਹੋਰ ਕਰਨੇ ਸਾਰਾ ਪ੍ਰਚਾਰ ਕਰਨਾ ਬ੍ਰਾਹਮਣੀ ਕਲ ਉਹ ਪਟਿਆਲਾ ਸਟੇਟ ਨੇ ਕੀਤਾ ਅਤੇ ਇਸ ਤਰ੍ਹਾਂ ਕਰਕੇ ਸਿੱਖੀ ਦਾ ਜਿਹੜਾ ਵੱਡਾ ਖਲਾਗ ਆ ਉਹ ਤਾਂ ਗੁਰੂ ਗੋਬਿੰਦ ਸਿੰਘ ਦੇ ਜਦੋਂ ਦੇਹ ਰੂਪ ਜਿੱਥੋਂ ਸਾਡੇ ਕੋਲੋਂ ਅਲੋਪ ਹੋ ਗਏ ਉਦੋਂ ਬਾਅਦ 200-250 ਸਾਲ ਤੋਂ ਇਹ ਸਾਰਾ ਖਲਾਅ ਸਿੱਖਾਂ ਦੇ ਵਿੱਚ ਲੀਡਰਸ਼ਿਪ ਦਾ ਪੈਦਾ ਹੁੰਦਾ ਆ ਹੀ ਰਿਹਾ ਇਹ ਤਾਂ ਲਗਾਤਾਰ ਆ ਰਿਹਾ ਹੈਗਾ ਇਹ ਭਰਿਆ ਨਹੀਂ ਜਾ ਰਿਹਾ ਇਹਦੇ ਪਿੱਛੇ ਤੱਕ ਜਾਣਾ ਪਊਗਾ ਕਿ ਡੀ ਟਰੈਕ ਕਿੱਥੋਂ ਹੋ ਗਈ ਸਰਦਾਰ ਜਗਜੀਤ ਸਿੰਘ ਹੋਏ ਨੇ ਜੀ ਬੜੇ ਦਰਵੇਸ਼ ਸਿੱਖ ਚਿੰਤਕ ਸੀ ਉਹਨੇ ਸਿੱਖ ਇਨਕਲਾਬ ਵਰਗੀ ਕਿਤਾਬ ਵੀ ਲਿਖੀ ਆ ਉਹਦੇ ਵਿੱਚ ਉਹ ਕਹਿੰਦੇ ਵੀ ਜੋ 1765 ਦੇ ਵਿੱਚ ਨਾ ਜੀ ਇਸ਼ਾਰਾ ਕਰਦੇ ਨੇ ਵੀ ਜਦੋਂ ਸਿੱਖਾਂ ਦੇ ਹੱਥ 'ਚ ਰਾਜ ਆ ਗਿਆ ਅਤੇ ਜ਼ਮੀਨਾਂ ਦੇ ਮਾਲਕ ਬਣ ਗਏ ਜਦੋਂ ਪਹਿਲਾਂ ਭਾਈ ਕਹਾਉਂਦੇ ਸਿੱਖ ਜਿਹਨੂੰ ਭਾਈ ਕਹਿੰਦੇ ਸੀ ਭਾਈ ਸਾਹਿਬ ਫਿਰ ਇਹ ਸਰਦਾਰ ਬਣ ਗਏ ਜੀ ਜਦੋਂ ਇਹ ਭਾਈ ਤੋਂ ਸਰਦਾਰ ਬਣ ਗਏ ਕਹਿੰਦਾ ਫਿਰ ਸਿੱਖੀ ਡੀ ਟਰੈਕ ਹੋ ਗਈ ਲੀਹ ਤੋਂ ਲੈ ਗਈ ਤਾਂ ਜਿਹੜੀ ਅੱਜ ਤੱਕ ਮਿਲੀ ਤਾਂ ਨਹੀਂ ਚੜੀ ਜਦੋਂ ਤੱਕ 1986 ਹੁਣੇ ਇਹਨਾਂ ਦੀ ਮੌਤ ਹੋਈ ਆ 1996 ਤੱਕ ਉਦੋਂ ਤੱਕ ਵੀ ਉਹਨੇ ਇਹੀ ਗੱਲ ਕਹੀ ਆ ਵੀ ਸਿੱਖੀ ਮਤਲਬ ਲੀਹ ਤੋਂ ਲੈ ਗਈ ਅਤੇ ਡੀ ਟਰੈਕ ਹੋ ਗਈ ਹੁਣ ਇਸੇ ਤਰ੍ਹਾਂ ਤੋਂ ਰਹੇ ਵੀ ਲੀਹ ਤਾਂ ਨਹੀਂ ਆਈ ਮੁੜ ਕੇ ਧਾਰਮਿਕ ਪੱਖੋਂ ਵੀ ਅਤੇ ਰਾਜਸੀ ਪੱਖੋਂ ਵੀ ਇਹ ਸਾਡੇ ਕੋਲ ਸਾਰਾ ਅੱਜ ਵੀ ਹੈਗਾ ਜਿਵੇਂ ਤੁਸੀਂ ਫਿਕਰਮੰਦ ਹੋ ਹਾਂਜੀ ਸਕਾਲਰ ਵੀ ਹੋ ਲਿਖਦੇ ਹੋ ਵਰਕ ਵੀ ਕਰ ਰਹੇ ਹੋ ਇੱਕ ਰਾਹੀ ਸਾਹਿਬ ਮੈਨੂੰ ਸੱਚੀ ਸੱਚੀ ਦਿਲੋਂ ਗੱਲ ਦੱਸੋ ਹਾਂਜੀ ਹੁਣ ਜਿੰਨਾ ਤੁਹਾਡਾ ਕੰਮ ਕੀਤਾ ਵਾ ਕਿਤਾਬਾਂ ਲਿਖੀਆਂ ਤੁਹਾਨੂੰ ਵੀ ਇਹ ਆ ਵੀ ਆਉਣ ਵਾਲੀ ਪਨੀਰੀ ਪੜ੍ਹੇ ਜਾਂ ਬੱਚੇ ਪੜ੍ਹਨ ਇਹ ਵੀ ਇੱਕ ਸੇਵਾ ਵੀ ਆ ਤੁਸੀਂ ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੇ ਮੌਜੂਦਾ ਨੇ ਉਹ ਜਾਂ ਪਹਿਲਾਂ ਵਾਲੇ ਕਦੇ ਮਿਲੇ ਹੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੋਈ ਆ ਚਲੋ ਕੋਈ ਚੀਜ਼ ਨਿਕਲੀ ਨਹੀਂ ਨਿਕਲੀ ਉਹ ਬਾਅਦ ਦੀ ਗੱਲ ਆ ਫਿਕਰਮੰਦੀ ਤੁਸੀਂ ਜ਼ਾਹਰ ਕੀਤੀ ਆਪਦੀ ਵੀ ਆਹ ਨਹੀਂ ਭਾਈ ਆਹ ਚੀਜ਼ ਹੋ ਰਹੀ ਹੈ ਪਖੰਡਵਾਦ ਨੇ ਸਾਨੂੰ ਪੱਟ ਕੇ ਰੱਖ ਦਿੱਤਾ ਬਿਲਕੁਲ ਮਿਲੇ ਹਾਂ ਜੀ ਹਾਂ ਜਿਹੜਾ ਹੁਣ ਮੌਜੂਦਾ ਜਥੇਦਾਰ ਹਰਪ੍ਰੀਤ ਸਿੰਘ ਇਹਨਾਂ ਦੋ ਤਿੰਨ ਵਾਰ ਮੁਲਾਕਾਤਾਂ ਕੀਤੀਆਂ ਜੀ ਇਹ 2020 ਦੇ ਵਿੱਚ ਨਿੰਗ ਸਿੰਘਾਂ ਦਾ ਮਾਮਲਾ ਆਇਆ ਸੀਗਾ ਕੁਛ ਨਿੰਗ ਸਿੰਘਾਂ ਦਾ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜੋ ਨਿੰਗ ਸਿੰਘਾਂ ਦੀਆਂ ਵੱਡੀਆਂ ਸੰਪਰਦਾਵਾਂ ਨੇ ਬੁੱਢਾ ਦਲ ਵਾਲੇ ਜੀ ਬਾਬਾ ਵਿਧੀ ਚੰਦ ਗੇ ਜੀ ਬਾਬੇ ਬਕਾਲੇ ਵਾਲੇ ਜਿਹੜੀਆਂ ਮੇਨ ਸੰਪਰਦਾਵਾਂ ਸਿੱਖਾਂ ਨਿੰਗਾਂ ਦੀਆਂ ਹੈਗੀਆਂ ਜੀ ਜਿਨ੍ਹਾਂ ਕੋਲੇ ਸੈਂਕੜੇ ਕਿੱਲੇ ਜ਼ਮੀਨ ਆ 6 ਗੁਰਦੁਆਰੇ ਨੇ ਉਹਨਾਂ ਵਿੱਚ ਜਿਹੜਾ ਦਲਿਤ ਸਿੱਖ ਕੋਈ ਅੰਮ੍ਰਿਤ ਛਕਣਾ ਚਾਹੁੰਦਾ ਜਾਂ ਸ਼ਾਮਿਲ ਹੋਣਾ ਚਾਹੁੰਦਾ ਜੀ ਉਹਦੇ ਲਈ ਵੱਖਰਾ ਅੰਮ੍ਰਿਤ ਛਕਾਇਆ ਜਾਂਦਾ ਵੱਖਰਾ ਬਾਟਾ ਤਿਆਰ ਕੀਤਾ ਜਾਂਦਾ ਅਤੇ ਸੁਰ ਸਿੰਘੀਆਂ ਬਾਰੇ ਤਾਂ ਇਹੀ ਆਇਆ ਵੀ ਵੱਖਰਾ ਬਾਟਾ ਵੀ ਤਿਆਰ ਕਰਦਾ ਜਿਹੜੇ ਉੱਚੀ ਜਾਤੀ ਵਾਲੇ ਨੂੰ ਪਹਿਲਾਂ ਸੁਕਾ ਦਿੰਦੇ ਨੇ ਜਿਹੜਾ ਬਚ ਜਾਂਦਾ ਉਹਨੂੰ ਖੜਾ ਲੈਂਦੇ ਦਲਿਤ ਵਰਗ ਵਾਲਿਆਂ ਨੂੰ ਵੀ ਆਹ ਲਓ ਵੀ ਆਹ ਲਓ ਛਿੱਟੇ ਮਾਰ ਕੇ ਹੋ ਗਿਆ ਤੁਹਾਡਾ ਅੰਮ੍ਰਿਤ ਹੋ ਗਿਆ ਉਹਦਾ ਲੰਗਰ ਵੀ ਵੱਖ ਆ ਭਾਂਡੇ ਵੀ ਵੱਖ ਆ ਅਤੇ ਹੈ ਉਹ ਨੈਂਗੀ ਗੁਰੂ ਦੇ ਨਾਲ ਵੀਰਾਂ ਦੇ ਤੁਰੇ ਫਿਰਦੇ ਸੇਵਾ ਘੋੜਿਆਂ ਕਰਦੇ ਸਭ ਤੋਂ ਵੱਧ ਉਹ ਦਲਿਤ ਕਰਦੇ ਨੇ ਉਹਨਾਂ ਨੇ ਲੌਂਗੋਵਾਲ ਆਏ ਸੀ ਜਥੇਦਾਰ ਹਰਪ੍ਰੀਤ ਸਿੰਘ ਉਦੋਂ ਗੋਬਿੰਦ ਸਿੰਘ ਲੌਂਗੋਵਾਲ ਸੋਨਮ ਬ੍ਰਿਗੇਡ ਦਾ ਪ੍ਰਧਾਨ ਸੀ ਉਹਦੀ ਸਿੰਘਣ ਦੀ ਡੈਥ ਹੋ ਗਈ ਸੀ ਉੱਥੇ ਆਏ ਸੀ ਭੋਗ 'ਤੇ ਉੱਥੋਂ ਨੇ ਇਹਨਾਂ ਨੂੰ ਮੈਮੋਰੀਅਲ ਵੀ ਦਿੱਤਾ ਨਿੰਗ ਸਿੰਘਾਂ ਨੇ ਇਹਨਾਂ ਨੂੰ ਮਤਲਬ ਵੀਡੀਓ ਵੀ ਬਣੀ ਉਹ ਸਾਰੀ ਗੱਲ ਦੀ ਫਿਰ ਹੋਰ ਮੌਕੇ ਵੀ ਮਿਲਦੇ ਰਹੇ ਅਤੇ ਕੁਛ ਜਿਹੜਾ ਡੇਰਾ ਪੁੱਛੋ ਵਾਲਾ ਗਾ ਉੱਥੇ ਵੀ ਕੁਛ ਬੰਦਿਆਂ ਨੇ ਉਹ ਮਾਮਲਾ ਉਠਾਇਆ ਜਥੇਦਾਰ ਕੋਲ ਵੀ ਆਹ ਜਿਹੜਾ ਲੰਗਰ ਦਲਿਤਾਂ ਦਾ ਵੱਖ ਆ ਭਾਂਡੇ ਵੱਖ ਨੇ ਇਹ ਗਲਤ ਆ ਇਹ ਇੱਕ ਹੋਣਾ ਚਾਹੀਦਾ ਸਿੱਖੀ ਸਿਧਾਂਤ ਅਨੁਸਾਰ ਨੇ ਫਿਰ ਸੀ ਕੇਂਦਰੀ ਸਿੰਘ ਸਭਾ ਵੱਲੋਂ 8 ਜਥੇਬੰਦੀਆਂ ਸਿੱਖਾਂ ਦੀਆਂ ਗਲੋਬਲ ਸਿੱਖ ਕੌਂਸਲ ਇੰਸਟੀਚਿਊਟ ਸਿੱਖ ਸਟੱਡੀਜ਼ ਬਾਬਾ ਵੀਰ ਸਿੰਘ ਧੀਰ ਸਿੰਘ ਫਾਊਂਡੇਸ਼ਨ ਸਿੱਖ ਵਿਚਾਰ ਮੰਚ ਕੇਂਦਰੀ ਸਿੰਘ ਸਭਾ ਦੀ ਅਗਵਾਈ ਦੇ ਵਿੱਚ ਜੁਲਾਈ 2020 ਦੇ ਵਿੱਚ ਅਸੀਂ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਜੀ ਇਹ ਮਾਮਲਾ ਲੈ ਕੇ ਗਏ ਵੀ ਆਹ ਤੁਹਾਡੇ ਕੋਲ ਪਹਿਲਾਂ ਹੀ ਆਇਆ ਵਾ ਅਤੇ ਆਹ ਵੀਡੀਓ ਪੰਜਾਂ ਨੇ ਇਹ ਮਸਲੇ ਨੂੰ ਹੱਲ ਕਰੋ ਇਹ ਤਾਂ ਸਿੱਖੀ ਦਾ ਖਾਸ ਕਰਕੇ ਜਿਹੜੇ ਮਤਲਬ ਨਿੰਗ ਸਿੰਘ ਸੰਪਰਦਾਵਾਂ ਜਿਹੜੀਆਂ ਇਹ ਕਹਿੰਦੇ ਅਸੀਂ ਗੁਰੂ ਦੀਆਂ ਲਾਡਲੀਆਂ ਫੌਜਾਂ ਲੋਕਾਂ ਤੋਂ ਮਾਣ ਸਤਿਕਾਰ ਲੈ ਰਹੀਆਂ ਨੇ ਉਸੇ ਨਿੰਗੀ ਬਾਣੇ 'ਚ ਵੈਸੇ ਤਾਂ ਗੁਰੂ ਸਾਹਿਬ ਦੇ ਬਾਕੀ ਸਿੱਖ ਤਾਂ ਪੈਂਟਾਂ ਕਮੀਜ਼ ਪਾ ਕੇ ਗੁਰੂ ਦੇ ਬੇਮੁੱਖ ਹੋ ਗਏ ਵੀ ਗੁਰੂ ਦਾ ਜੋ ਸੱਭਿਆਚਾਰ ਸੀ ਜੋ ਜਿਵੇਂ ਜਿਵੇਂ ਉਵੇਂ ਜਿਵੇਂ ਅਸੀਂ ਬਰਕਰਾਰ ਰੱਖ ਰਹੇ ਹਾਂ ਅਸੀਂ ਮਾਤਾ ਸਾਹਿਬ ਕੌਰ ਦੀ ਸੱਚੀ ਔਲਾਦ ਅਸੀਂ ਹਾਂ ਉਵੇਂ ਜਿਵੇਂ ਅਸੀਂ ਚੋਲੇ ਪਾਉਂਦੇ ਹਾਂ ਉਵੇਂ ਜਿਵੇਂ ਸਾਡਾ ਕਲਚਰ ਆ ਘੋੜਿਆਂ ਵਾਲਾ ਉਵੇਂ ਜਿਵੇਂ ਅਸੀਂ ਕੋਈ ਇਸ ਤਰ੍ਹਾਂ ਨਹੀਂ ਕਰਦੇ ਵੀ ਜੇ ਉਹਨਾਂ ਵਿੱਚ ਵੀ ਜਾਤ ਪਾਤ ਆ ਜਿੱਥੇ ਗੁਰੂ ਨੇ ਇੱਕੋ ਬਾਟੇ ਦੇ ਵਿੱਚ ਛਕਾ ਕੇ ਸਾਰਾ ਕੁਛ ਖਤਮ ਕੀਤਾ ਇਹ ਤਾਂ ਸਿੱਖ ਧਰਮ ਦੀ ਧੱਬਾ ਐਡਾ ਵੱਡਾ ਕਲੰਕ ਆ ਤੇ ਤੁਸੀਂ ਇਹਨੂੰ ਹੱਲ ਕਰੋ ਚਲੋ ਉਹਨੇ ਸਾਡਾ ਮੈਮੋਰੈਂਡਮ ਲੈ ਲਿਆ ਅਤੇ ਚਲੋ ਅਸੀਂ ਪਿੱਛੇ ਬੈਠ ਕੇ ਚਾਹ ਪਾਣੀ ਛਕਣ ਮੌਕੇ ਉਦੋਂ ਸਾਨੂੰ ਉਹਨੇ ਕਿਹਾ ਕਹਿੰਦਾ ਜੀ ਗੱਲ ਇਹ ਆ ਵੀ ਸਿੱਖ ਜਿਹੜਾ ਹੈਗਾ ਉਹਦੇ ਅੰਦਰ ਹੁਣ ਗੁਰੂ ਦੀ ਭਾਵ ਭਾਵਨਾ ਨਹੀਂ ਰਹੇਗੀ ਵੀ ਮੈਂ ਵੀ ਨਿਰਾਸ਼ ਹਾਂ ਸਿੱਖਾਂ ਦੇ ਮਨ 'ਚੋਂ ਗੁਰੂ ਦੀ ਭਾਵ ਭਾਵਨਾ ਹੀ ਉੱਡ ਗਈ ਵੀ ਸਾਡੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ ਜਾਂ ਅਹੁਦੇਦਾਰ ਨੇ ਮੁਲਾਜ਼ਮ ਨੇ ਵੀ ਗੁਰੂ ਦੀ ਹਾਜ਼ਰੀ 'ਚ ਗੁਰੂ ਦੀ ਹਜ਼ੂਰੀ 'ਚ ਗਲਤ ਕੰਮ ਕਰੀ ਜਾਂਦੇ ਨੇ ਕੋਈ ਭਾਵ ਭਾਵਨਾ ਹੈ ਨਹੀਂ ਚਲੋ ਜਿਹੜਾ 328 ਸਰੂਪ ਲਾਪਤਾ ਹੋਏ ਆ ਉਹ ਤਾਂ ਬਾਅਦ 'ਚ ਮਾਮਲਾ ਆਇਆ ਫਿਰ ਉਦੋਂ ਬਾਅਦ ਅਸੀਂ ਦਿਆ ਇਹ
कई बार दो तीन बार फिर उन्होंने मुलाकात की कोशिश की भी तुम इन मसले को हल करो, डिले करी गए और डिले करी गए। अखीर में सानू सुनेहा आ गया भी भाई मेरे तो हाथ खड़े आ भी नहिंग सिंह जो संपरदाम ने इन शक्तिशाली ने सुर सिंह को 700 एकड़ जमीन दे बाद ट्रांसफार्म नजायज ही चलता रखे बस बाद पता लग गया भी उन्होंने 22-23 लाख रुपया जुर्माना भी पाया बिजली वाले ने वो इन्ना शक्तिशाली उन्होंने को 100-150 गुरुद्वारे आ देसा विदेशों तो मैं उन्होंने तलब भी नहीं कर सकता। यह जथेदार साहब जथेदार साहब ने कहा भी मैं तलब नहीं कर सकता उन्होंने ना वो मेरी मननी तो यह कहें भी साड़ी तो परंपरा ने परंपरा परी चलिया असं परंपरा बदल नहीं सकते भी दलतों ही चौथे पौड़ दिखा के बखरा मशकाने हूँ असी जथेदार को कसूता फसाने की फिर कोशिश की भी इन्हें तो पूछ ला भी परंपरा गुरु गोबिंद सिंह ने शुरू की सी जे परंपरा एक दिन तो बनती नहीं वो कहते सैकड़े साल का मीनिंग गुरु गोबिंद सिंह मौके तो भी यदा मतलब जो गुरु गोबिंद सिंह ने शामिल की है शुरू फिर आप गल ही नहीं करते पता गुरु साहब ही कर गए चलन दो परंपरा जे गुरु गोबिंद सिंह तो नहीं की बाद चाहिए वो किरे की है कि जथेदार ने शुरू की है कदों बनी है ये तो जथेदार कमेटी कायम करे ना कमेटी कायम करे खोजियां विद्वाना जी निंगा सिंह मिले कदों कदों शुरू होया कितने होया कदों आई गल पर कोई नहीं किया सो इस करके जिहड़ा ये जे आप कही इहनू मिल मिला के मैं कला मिल मिला के कोई होर सिख मिल मिला के उन्होंने मिल के दूर करा लैन गो नहीं होना क्योंकि वो पिछे जी है नथ खसम के हथ पिछे उन्होंने बादल परिवार चला बेचारा श्रोमणी जी जी मतलब पोस्ट आ इन्नी मतलब जड़हीन आ भी श्रोमणी कमेटी के जोड़े मैंबर ने कोई भी अहदेदार आ जो मर्जी जथेदार ला सकते हैं भी थोड़ी थे होर बनाता जो बेचारों भी नहीं पता लगना भी कदों लाता इस करके असं इतने श्रोम अकाल तख्त हम सैमीनार करवा रहे हैं सिख कन्फेडरेशन कौंसल करवा रही है बेसिकली तो भी अकाल तख्त के जथेदार की नियुक्ति किवें होवे इस गल तो सारे सिख दुखी ने भी यार ये कोई होंद ही नहीं असी कहना सर्वोच्च संस्था सर्वोच्च सिखा का पोप आ सिखा का आह गा पर हस्ती इन्नी निगूणी आ भी श्रोमणी कमेटी का कोई प्रधान मैंबर जो मर्जी मता पाया कह भी चंगा ही छोटा जहा राह बनाता हूँ तो बेचार अल्टीमेट अद्धे घंटे का भी नहीं देंगे चिट्ठी क्ढनी है भी यदा हल की है एड्डी सर्वोच्च पोस्ट से नियुक्ति किमें हो जिहड़ा ग्लोबल पद्धर से सिख बैठे ने अज वर्ल्ड पद्धर से उनकी शमूलीयत किमें हो चोण किमें शमूलीयत करवा रहे ये 19 नवंबर हो रहा जी इतने केंद्रीय सिंह सभा इतने बड़े बड़े विद्वानों बुला रहे हैं अं सहयोग आ केंद्रीय श्री गुरु सिंह सभा का भी ता के कोई विद्वाना के राही भी अकाल तख्त साहब जथेदार की जी नियुक्ति कोई सुनवान जन ढंग ना हो जे उन्होंने तो लाना भी आ जा कोई करना भी आ तो कई प्रोसैस आ कि उन्होंने लाना हूँ जिमें मान लो भी सुप्रीम कोर्ट के जजा की जी है वह नियुक्ति हो जाती है पर लाना सौखा नहीं खातर अपीजमेंट का एक लाग आ वो पार्लीमेंट पास होंगे उन्होंने अपीजमेंट राही फिर दोष लगता दोष लग के पार्लीमेंट के मैंबर वोटा पाते हैं भी हाँ ये जज नहीं रहना चाहिए वो फिर जाके जज लेंदा नियुक्ति हो जाती है लाना सौखा नहीं उस तरह भी यदा भी कोई अकाल तख्त जथेदार का जे उन्होंने तो हटा भी है वो तो दोष किमें ऐद होने कौन कर सकता कि सिखा की कि पार्लीमेंट का किड़ा सरबत खालसा किमें आए जिस फैसला हो भी जथेदार काबल नहीं इस होर जथेदार बनना तो नवे जथेदार चोण किमें हो सिखा के मामले बहुत बड़ा मसला खड़ा बहुत सिख इतने माइंड अपलाई कर रहे हैं लगातार जतन कर रहे हैं भी कल उ गल आ गई निहंग सिंह वाली जो सोनू भी किसी ने कहता भी ये लोग आपकी एक परंपरा बना रहे हैं ये साढ़े खिलाफ जा रहे पहला तो चलिया आ रहा है इन्होंने आपकी एक कमेटी जी बना ली आप देखो गल ये भी परंपरा का पैरामीटर की आ एक गुरु का सिद्धांत आ भी गुरु थोनू यह कहता एक ब्राह्मणी कल परंपरा मानने की खतरा कला भी बना ली नवी बना ली पुरानी आ चली आ रही है ये तो पर सिख ने देखना भी कि पैरामीटर लागू होंगे भी यह ब्राह्मणी कला के गुरु के सिद्धांत अनुसार है दावा असं लोगों च लैके जाव क्या साडा गुरु के सिद्धांत अनुसार आ बनता तो आ पैरामीटर जोड़ा है यह ब्राह्मणी कला यह तो सिखा ने लाना ना कहने तो कह गए ये तो हूँ भी संपरदा वाले कहें
ਵੀ ਇਹਦਾ ਜੀ ਨਾਨਕ ਸਾਹਿਬ ਜੀ ਨੇ ਕੈਲੰਡਰ ਨੂੰ ਕਿਲ ਕੀਤਾ, ਇਹਦਾ ਜੀ ਸਿੱਖਾਂ 'ਚ ਵਿਧਾ ਖੜੀ ਕਰਤੀ, ਇਹਦਾ ਜੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਿਹਾ ਜੀ, ਇਹ ਤਾਂ ਗੁਰੂ ਸਾਹਿਬ ਨੇ ਜੀ ਰੁੱਤਾਂ ਮੁਤਾਬਕ ਚੱਲਿਆ ਜੀ, ਇਹ ਤਾਂ 12 ਮਹਾਂ ਲਿਖਿਆ ਗਿਆ ਜੀ, ਇਹ ਕੋਈ ਚੇਂਜ ਨਹੀਂ ਹੋ ਸਕਦਾ ਜੀ, ਇਹ ਤਾਂ ਗੁਰੂ ਸਾਹਿਬ ਦੇ ਅਸੀਂ ਵੱਡੇ ਸਿੱਖ ਹਾਂ, ਇਹ ਤਾਂ ਪਰ ਸਿੱਖਾਂ ਨੇ ਦੇਖਿਆ ਨਾ ਵੀ ਜੇ ਤੁਸੀਂ ਕੈਲੰਡਰ ਦੇ ਮੁਤਾਬਕ ਤਾਂ ਚੱਲਦੇ ਆ ਤਾਂ ਜਿਹੜੀਆਂ ਸਾਰੀਆਂ ਰਸਮਾਂ ਨੇ ਕਾਲ ਤਖਤ ਤੋਂ ਪ੍ਰਵਾਨਤ ਰਹਿਤ ਮਰਿਆਦਾ ਉਹਦੇ ਮੁਤਾਬਕ ਤੁਸੀਂ ਚੱਲਦੇ ਨਹੀਂ, ਉਹ ਤਾਂ ਸਾਡਾ ਬ੍ਰਾਹਮਣੀ ਕਲਾ ਨਾ, ਇਕੱਲੇ ਕੈਲੰਡਰ ਮੁਤਾਬਕ ਥੋੜੂ ਆ, ਪਰ ਸਿੱਖਾਂ ਦਾ ਜਿਹੜਾ ਚੇਤਨ ਵਰਗ ਹੁੰਦਾ ਉਹਨੇ ਦੇਖਣਾ ਨਾ, ਇਹ ਤਾਂ ਜੋ ਸਿੰਘ ਸਭਾ ਦਾ ਸਕੂਲ ਆਫ ਥਾਟ ਆ, ਸਿੰਘ ਸਭਾ ਦਾ ਜਿਹੜਾ 150 ਸਾਲ ਪੁਰਾਣਾ ਗਾ, ਉਹਨੇ ਤੈਅ ਕੀਤੀਆਂ ਸਾਰੀਆਂ ਗੱਲਾਂ, ਉਹਨੇ ਜੋ ਪੁਰਾਣੀਆਂ ਲਿਖਤਾਂ ਸੀ ਪੁਰਾਣੀਆਂ ਪੁਸਤਕਾਂ ਸੀ ਉਹ ਰੱਦ ਕੀਤੀਆਂ, ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਵੀ ਆਹ ਬ੍ਰਾਹਮਣੀ ਕਲਾ ਸਾਰਾ ਕੁਛ ਵਿੱਚ, ਜਿਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਆ ਵੀ ਇਹ ਗੁਰੂ ਦੀ ਤਹੀਨ ਕਰਦੀ ਆ, ਤਾਂ ਸਦੀਆਂ ਤੋਂ ਸਿੱਖ ਸੀ ਉਹਨੂੰ ਰਮਾਲਿਆਂ ਤੇ ਲਪੇਟ ਲਪੇਟ ਕੇ ਗੱਲ ਨਾਲ ਲਾਈ ਜਾਂਦੇ ਸੀ, ਤੇ ਪ੍ਰਕਾਸ਼ਕਾਂ ਨੇ ਭਾਈ ਬਾਲੇ ਵਾਲੀ ਜਨਮ ਪੁਰਾਤਨ ਜਨਮ ਸਾਖੀ ਕਹਿ ਕੇ ਕਰੋੜਾਂ ਰੁਪਏ ਬੱਟ ਲਏ, ਪਰ ਜਦੋਂ ਸਿੰਘ ਸਭਾ ਆਈ ਤੇ ਉਹ ਹੈਰਾਨ ਹੋ ਗਏ ਵੀ ਯਾਰ ਕਮਾਲ ਦੀ ਗੱਲ ਆ ਵੀ ਐਡੀ ਇਹ 'ਚ ਗੁਰੂ ਦੀ ਤਹੀਨ ਕੀਤੀ, ਵੀ ਸਿੱਖ ਦੇ ਅਜੇ ਮਗਜ਼ 'ਚ ਨਹੀਂ ਪੈਂਦੀ ਵੀ ਮੈਂ ਗੁਰੂ ਦੀ ਤਹੀਨ ਪੜ੍ਹਦਾ ਕਿ ਗੁਰੂ ਦੀ ਵਡਿਆਈ ਪੜ੍ਹਦਾ, ਸਿੱਖ ਦਾ ਬੁੱਧੀ ਇੰਨੀ ਮਲੀਨ ਹੋ ਗਈ ਸੀਗੀ ਵੀ ਉਹ ਪਰਖ ਕਰਨ ਜੋਗਾ ਹੀ ਨਹੀਂ ਰਹਿ ਗਿਆ, ਭਾਈ ਸੰਤੋਖ ਸਿੰਘ ਜਿਵੇਂ ਸੂਰਜ ਪ੍ਰਕਾਸ਼ ਗ੍ਰੰਥ ਪਵਾਦਕ ਗ੍ਰੰਥ ਆ ਜਾਂ ਦਸਮ ਗ੍ਰੰਥ ਪਵਾਦਕ ਗ੍ਰੰਥ ਆ, ਸਿੰਘ ਸਭਾ ਵਾਲਿਆਂ ਨੇ 35-36 ਉਦੋਂ ਦਸਮ ਗ੍ਰੰਥ ਦੇ ਸਰੂਪ ਇਕੱਠੇ ਕੀਤੇ ਤੇ ਵਿਦਵਾਨਾਂ ਦੀ ਕਮੇਟੀ ਬਣਾਈ ਤੇ ਸਾਲਾਂ ਬੱਧੀ ਪੜ੍ਹ ਕੇ ਘੋਖ ਕੇ ਫਿਰ ਉਹ ਫੈਸਲਾ ਕੀਤਾ ਵੀ ਗੁਰੂ ਦੀ ਬਾਣੀ ਨਹੀਂ, ਇਹ ਕੱਚੀ ਬਾਣੀ ਆ ਬਾਅਦ 'ਚ ਇਕੱਠੀ ਕੀਤੀ ਗਈ ਆ, ਉਹ ਜਿਹੜਾ ਸਿੰਘ ਸਭਾ ਸਕੂਲ ਆਫ ਥਾਟ ਆ, ਸਿੰਘ ਸਭਾ ਸਕੂਲ ਆਫ ਥਾਟ ਦਾ ਪੈਰਾਮੀਟਰ 150 ਸਾਲ 'ਚ ਕਾਇਮ ਕੀਤੇ ਨੇ ਜਿਹਦੇ ਵਿੱਚੋਂ ਸਿੱਖ ਰਹਿਤ ਮਰਿਆਦਾ ਨਿਕਲੀ, ਵੀ ਆਹ ਰਹਿਤ ਮਰਿਆਦਾ ਹੁਣ ਵੀ ਦਸਮ ਗ੍ਰੰਥ ਨੂੰ ਉਵੇਂ ਕਰਦੇ, ਨਹੀਂ ਦੇਖੋ ਸਿੰਘ ਸਭਾ ਤਾਂ ਉੱਥੇ ਪੋਜੀਸ਼ਨ 'ਚ ਹੈਗੀ ਹੈਗੀ ਆ, ਸਿੰਘ ਸਭਾ 150 ਸਾਲ ਤੋਂ ਪੋਜੀਸ਼ਨ ਆ, ਅੱਜ ਦੀ ਨਹੀਂ, ਜੋ ਅਸੀਂ ਸਿੰਘ ਸਭਾ ਨਾਲ ਜੁੜੇ ਹੋਏ ਹਾਂ ਅਸੀਂ ਸਿੰਘ ਸਭਾ ਸਕੂਲ ਆਫ ਥਾਟ ਨਾਲ ਜੁੜੇ ਹੋਏ ਹਾਂ, ਪਰ ਇਹ ਵੀ ਯਾਰ ਅਹੀ ਸਾਹਿਬ ਮੈਂ ਮਾਫੀ ਚਾਹੂੰਗਾ, ਇਹ ਗੱਲ ਇੱਥੇ ਆ ਕੇ ਖੜ ਜਾਂਦੀ ਹੈ ਵੀ ਪਹਿਲਾਂ ਇਹੀ ਲੋਕਾਂ ਨੇ ਇਹਦੇ 'ਤੇ ਵਿਵਾਦ ਖੜਾ ਕਰਤਾ, ਹੁਣ ਤੁਸੀਂ ਅਕਾਲ ਤਖਤ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਜਿਹੜਾ ਪੈਰਾਮੀਟਰ ਕਹਿ ਰਹੇ ਹਾਂ ਵੀ ਉਹਦੇ 'ਤੇ ਇੱਕ ਤੁਸੀਂ ਨਵੀਂ ਚੀਜ਼ ਲਿਆ ਰਹੇ ਹੋ ਵੀ ਰੌਲੇ ਤਾਂ ਪਹਿਲੇ ਹੀ ਪੰਥ 'ਚ ਇੰਨੇ ਆ, ਇੱਕ ਹੋਰ ਤੁਸੀਂ ਪਾ ਪੰਥ ਦੇ ਰੌਲੋ ਨਿਬੜਦੇ ਕਿਵੇਂ, ਇਹ ਜਿਹੜੇ ਕਹਿੰਦੇ ਹੁੰਦੇ ਆ ਨਾ ਉਹ ਕੀ ਹੁੰਦਾ ਵੀ ਜਿਵੇਂ ਨਿਹੰਗ ਸਿੰਘ ਨੇ ਉਹ ਕਹਿੰਦੇ ਸਾਡੀ ਪਰੰਪਰਾ ਚੱਲੀ ਆ ਰਹੀ ਸਦੀਆਂ ਤੋਂ, ਉਹ ਕੀ ਹੁੰਦਾ ਵੀ ਜਿਵੇਂ ਕਿਸੇ ਦਾ ਕਬਜ਼ਾ ਹੋ ਗਿਆ ਉੱਤੇ, ਜਿਵੇਂ ਬਾਦਲ ਕਹਿ ਰਹੇ ਨੇ ਵੀ ਲਓ ਜੀ ਹੁਣ ਭਾਜਪਾ ਕਬਜ਼ਾ ਕਰਨ ਨੂੰ ਫਿਰਦਿਆ, ਭਾਜਪਾ ਕਬਜ਼ਾ ਕਰਨ ਨੂੰ ਫਿਰਦੀ ਆ, ਜਦਕਿ ਕਬਜ਼ਾ ਤਾਂ ਉਹਨੇ ਭਾਜਪਾ ਦਾ ਖੁਦ ਹੀ ਕਰਾਇਆ ਪਹਿਲਾਂ, ਸ਼੍ਰੋਮਣੀ ਕਮੇਟੀ ਦੇ ਅਕਾਲ ਤਖ਼ਤ ਤੇ ਆਰਐਸਐਸ ਦੇ ਸਾਰਾ ਕਰਾਇਆ ਉਹਨੇ, ਹੁਣ ਕਹੂਆ ਬਣਾ ਕੇ ਪੇਸ਼ ਕਰ ਦਿਓ ਵੀ ਕਬਜ਼ਾ ਸਾਡਾ ਰਹੇ, ਸਿੱਖਾਂ ਨੂੰ ਹਊਆ ਬਣਾ ਕੇ ਖੜਾ ਕਰ ਦਿਓ ਵੀ ਲਓ ਜੀ ਭਾਜਪਾ ਕਬਜ਼ਾ ਕਰਨਾ ਚਾਹੁੰਦੀ ਆ, ਆਹੀ ਆ ਜਿਹੜੇ ਸਿਸਟਮ ਨੂੰ ਜਿਉਂਦਾ ਤਿਉਂ ਬ੍ਰਾਹਮਣੀਕਲ ਸਿਸਟਮ ਨੂੰ ਜਿਉਂਦਾ ਤਿਉਂ ਕਾਇਮ ਰੱਖਣਾ ਚਾਹੁੰਦੇ ਆ ਵੀ ਇਹ ਨਿਰਵਿਘਨ ਚੱਲਦਾ ਰਹੇ, ਸਾਡੀਆਂ ਸੰਪਰਦਾਵਾਂ ਸਾਡੇ ਡੇਰੇ ਸਾਡੇ ਮਹਾਪੁਰਸ਼ਾਂ ਦੀ ਐਂ ਪੂਜਾ ਹੁੰਦੀ ਰਹੇ, ਐਂ ਸਿੱਖ ਪੈਰੀ ਡਿੱਗਦੇ ਰਹਿਣ, ਐਂ ਲੱਤਾਂ ਘੁੱਟਦੇ ਰਹਿਣ, ਉਹ ਇਹੀ ਕਹਿੰਦੇ ਹੁੰਦੇ ਲਓ ਜੀ ਵਿਵਾਦ ਖੜਾ ਕਰਤਾ ਵਿਵਾਦ ਆ, ਜਦੋਂ ਗੁਰੂ ਸਾਹਿਬ ਨੇ ਕੀ ਆ ਵੀ ਜਾ ਕੇ ਸਿੱਧਾਂ ਨਾਲ ਗੋਸ਼ਟ ਕੀਤੀ ਆ, ਜਾ ਕੇ ਬ੍ਰਾਹਮਣਾਂ ਨਾਲ ਗੋਸ਼ਟ ਕੀਤੀ ਆ, ਜਦੋਂ ਹਰਦੁਆਰ ਗੋਸ਼ਟ ਕੀਤੀ ਆ, ਜਾ ਕੇ ਜਗਨਨਾਥਪੁਰੀ ਗਏ, ਉਹ ਵੀ ਵਿਵਾਦ ਸੀ ਨਾ, ਅਗਲੇ ਨੂੰ ਤਰਕ ਦੇ ਆਧਾਰ 'ਤੇ ਕੀਤਾ ਵੀ ਤੁਹਾਡਾ ਜਿਹੜਾ ਕੁਛ ਆ ਗਲਤ ਆ, ਤੁਸੀਂ ਲੋਕਾਂ ਨੂੰ ਕਾਜ਼ੀਆਂ ਨਾਲ ਕੀਤੀ ਆ, ਜਦੋਂ ਦੌਲਤ ਖਾਨੇ ਦੇ ਸੀਗੇ ਦੌਲਤ ਖਾਨ ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਪਹਿਲੀ ਵਾਰੀ ਗੁਰੂ ਸਾਹਿਬ ਬਰੇ ਆ ਵੀ ਉਹ ਬੇਈ ਨਦੀ ਦੇ ਵਿੱਚੋਂ ਅਕਾਲ ਪੁਰਖ ਤੋਂ ਹੁਕਮ ਲੈ ਕੇ ਆਏ ਵੀ ਹੁਣ ਭਾਈ ਅਦਾਸੀਆਂ ਨੂੰ ਚੱਲਣਾ, ਉਦੋਂ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ, ਮੈਂ ਅੱਲਾ ਰਾਮ ਕੇ ਪਿੰਡ ਬ੍ਰਹਮ ਨਾ ਮੈਂ ਹਿੰਦੂਆਂ ਨਾ ਮੁਸਲਮਾਨ ਆ, ਤੇ ਉਹਨਾਂ ਨੂੰ ਕਹਿੰਦੇ ਫਿਰ ਜੇ ਤੂੰ ਨਹੀਂ ਤਾਂ ਫਿਰ ਪੜ ਨਮਾਜ਼, ਤੂੰ ਕੋਈ ਨਮਾਜ਼ ਪੜ੍ਹ ਲੈਂਦੇ ਆ, ਜਦੋਂ ਦੌਲਤ ਖਾਂ ਲੋਧੀ ਗਿਆ ਹੋਰ ਗਿਆ ਉੱਥੇ ਉਹ ਨਮਾਜ਼ ਦੇ ਵਿੱਚ ਸੁਰਤ ਨਹੀਂ ਸੀ ਕਾਜੀ ਦੀ, ਉਹ ਖੜੇ ਰਹੇ, ਉਹ ਕਹਿੰਦੇ ਤੂੰ ਤਾਂ ਪੜ੍ਹੀ ਨਹੀਂ ਨਮਾਜ਼, ਉਹ ਕਹਿੰਦਾ ਮੈਂ ਤਾਂ ਪੜ੍ਹੂੰਗਾ ਪਹਿਲਾਂ ਇਹ ਤਾਂ ਪੜ੍ਹੇ, ਉਹ ਕਹਿੰਦੇ ਉਹ ਤਾਂ ਪੜ੍ਹੀ ਜਾਂਦਾ ਉਹ ਤਾਂ ਉੱਚਾ ਨੀਵਾਂ ਹੁੰਦਾ, ਉਹ ਕਹਿੰਦੇ ਹੋਇਆ ਨਹੀਂ ਉਹਦੀ ਸੁਰਤ ਪਿੱਛੇ ਘੋੜੀ ਜਾਂਦਾ ਘੋੜੀ ਦਾ ਵਸੇਰਾ ਫਿਰਦਾ, ਸੋ ਗੁਰੂ ਦਾ ਜੋ ਪੈਰਾਮੀਟਰ ਆ, ਗੁਰੂ ਦਾ ਪੈਰਾਮੀਟਰ ਜਿੱਥੇ ਗਲਤ ਪਰੰਪਰਾ ਚੱਲ ਰਹੀ ਆ ਜਿੱਥੇ ਉਹ ਤਾਂ ਛੱਟ ਮਾਰੀ ਉਹਨੇ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਆ, ਜਿਹੜੇ ਇਹ ਕਹਿੰਦੇ ਨੇ ਉਹ ਵਿਵਾਦ ਵਜੋਂ ਪੇਸ਼ ਕਰਦੇ ਨੇ, ਸੋ ਸਿੱਖੀ ਦੇ ਵਿੱਚ ਜਦੋਂ ਵੀ ਕੋਈ ਵਿਵਾਦ ਕਹਿੰਦੇ ਨੇ ਇਹਦਾ ਮਤਲਬ ਉਹ ਮਤਲਬ ਆ ਵੀ ਜੋ ਚੱਲ ਰਿਹਾ ਬ੍ਰਾਹਮਣੀਕਲ ਸਿਸਟਮ ਉਹ ਜਿਉਂਦਾ ਤਿਉਂ ਚੱਲਣਾ ਚਾਹੀਦਾ, ਉਹਨੂੰ ਚੈਲੰਜ ਨਾ ਕੋਈ ਹੋਵੇ, ਤੋ ਜਿਵੇਂ ਕਿ ਬਾਦਲਾਂ ਨੇ ਪਹਿਲਾਂ 20-25 ਸਾਲ ਰਾਜ ਕੀਤਾ ਸਿੱਖਾਂ ਤੇ, ਕੁੱਟਿਆ ਮਾਰਿਆ, ਉਹ ਕਿਸ ਕਰਕੇ ਕਾਂਗਰਸ ਦੁਸ਼ਮਣ ਆ, ਕਾਂਗਰਸ ਦੁਸ਼ਮਣ ਆ, ਉਹ ਫਲਾਣਾ ਕਾਂਗਰਸੀ ਆ ਕਾਂਗਰਸੀ ਆ, ਅੱਜ ਕਾਂਗਰਸ ਖਤਮ ਹੋ ਗਈ ਅੱਜ ਭਾਜਪਾ ਕੱਢ ਲਈ, ਅੱਜ ਭਾਜਪਾ ਕਰ ਰਹੀ ਆ ਕਿਉਂਕਿ ਭਾਜਪਾ ਨਾਲ ਫਰਕ ਪੈ ਗਿਆ, ਸੋ ਜਿਹੜੇ ਬ੍ਰਾਹਮਣੀਕਲ ਡੇਰਿਆਂ ਵਾਲੇ ਆ ਜਿਹੜੇ ਬ੍ਰਾਹਮਣੀਕਲ ਟਕਸਾਲਾਂ ਵਾਲੇ ਆ ਉਹੀ ਕਹਿਣਾ ਉਹਦੇ 'ਚ ਵਿਵਾਦ ਖੜਾ ਹੋ ਗਿਆ, ਵਿਵਾਦ ਤੋਂ ਬਿਨਾਂ ਸਿੱਖਾਂ ਦੇ ਵਿੱਚ ਨਵੀਂ ਚੇਤਨਾ ਗੁਰੂ ਦਾ ਸਿਧਾਂਤ ਗੁਰੂ ਦਾ ਦਰਸ਼ਨ ਦੀ ਰੋਸ਼ਨੀ ਕਿਵੇਂ ਆਊ, ਰੋਸ਼ਨੀ ਵੀ ਤਾਂ ਸੋਝੀ ਫੇਰ ਹੀ ਆਊ ਨਾ ਵੀ ਆਹ ਗੁਰੂ ਦਾ ਦਰਸ਼ਨ ਆ, ਆਹ ਗੁਰੂ ਦਰਸ਼ਨ ਨਹੀਂ, ਇਹ ਗੁਰੂ ਦਰਸ਼ਨ ਦੇ ਉਲਟ ਹੋ ਰਿਹਾ, ਸਿੱਖ ਫੈਸਲਾ ਕਿਵੇਂ ਕਰੂਗਾ ਉਹ 'ਚੋਂ, ਉਸ ਵਾਦ ਸੰਵਾਦ 'ਚੋਂ ਫੈਸਲਾ ਹੋਣਾ ਹੁੰਦਾ, ਇਹ ਜਿਹੜਾ ਹੁੰਦਾ ਫੇਰ ਹੀ ਜਾ ਕੇ ਡਿਵੈਲਪਮੈਂਟ ਹੁੰਦੀ ਆ, ਜਿਹੜਾ ਬੰਦਾ ਤੁਹਾਨੂੰ
ਕਿੰਤੂ ਪ੍ਰੰਤੂ ਕਰਦਾ ਹੈਗਾ ਜਾਂ ਕੁਝ ਵੀ ਤੁਸੀਂ ਹਰ ਇੱਕ ਬੰਦੇ ਨਾਲ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਹੋ ਤੱਕ ਦੇ ਆਧਾਰ ਤੇ ਜਾਂ ਬਿਲਕੁਲ ਜੀ ਅਜਿਹਾ ਕਰਨ ਨੂੰ ਤਿਆਰ ਹੀ ਆ ਹਾਂ ਜਿਹੜਾ ਸਿੰਘ ਸਭਾ ਸਕੂਲ ਆ ਉਹ ਥਾਟ ਆ ਉਹ ਤਾਂ ਹਮੇਸ਼ਾ ਤਰਕ ਦੇ ਆਧਾਰ ਤੇ ਗੱਲ ਕੀਤੀ ਵੀ ਆਓ ਗੱਲ ਕਰੋ ਕਿੱਥੇ ਕੀਤੀਆਂ ਵਿਸ਼ਾ ਹੋਈਆਂ ਡਿਬੇਟਾਂ ਹੋਈਆਂ ਸਾਰੀਆਂ ਦੁਨੀਆ ਪਰ ਚੱਲ ਰਹੀਆਂ ਨੇ ਅੱਜ ਵੀ ਸਿੱਖਾਂ ਚੱਲ ਰਹੀਆਂ ਬੰਦ ਨਹੀਂ ਹੋਈਆਂ ਲਗਾਤਾਰ ਚੱਲ ਰਹੀਆਂ ਨੇ ਜਿਹੜੀ ਤੁਸੀਂ ਹਰ ਮਸਲੇ ਤੇ ਚੱਲ ਰਹੀਆਂ ਨੇ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ ਵੀ ਨੱਥ ਖਸਮ ਦੇ ਹੱਥ ਹਾਂ ਕਿਹਦੇ ਹੱਥ ਆ ਫਿਰ ਇਹ ਅੱਛਾ ਪਹਿਲਾਂ ਦੱਸੋ ਮੈਂ ਤੁਹਾਨੂੰ ਕਹਿ ਰਿਹਾ ਵੀ ਬਾਦਲਾਂ ਦੇ ਹੱਥ ਆ ਇੱਕ ਪਰਿਵਾਰ ਦੇ ਹੱਥ ਆ ਆ ਸ਼੍ਰੋਮਣੀ ਕਮੇਟੀ ਕੱਲ ਹੀ ਚੋਣ ਹੋ ਕੇ ਹਟੀ ਆ ਉਹ ਚ ਫੈਸਲਾ ਕੀ ਦਾ ਸੀ ਕਿਹਨੇ ਜਾ ਕੇ ਮੈਂਬਰਾਂ ਨੂੰ ਮੀਟਿੰਗਾਂ ਕਰਕੇ ਸੁਖਵੀਰ ਨੇ ਕੀਤਾ ਨਾ ਜਦੋਂ ਬੀਬੀ ਨੇ ਸੁਖਵੀਰ ਨੂੰ ਕੋਈ ਚੈਲੰਜ ਕਰਤਾ ਉਹਨੇ ਉਹ ਕੱਢ ਕੇ ਬਾਹਰ ਮਾਰੀ ਤੇ ਉਹਨੇ ਵੱਖਰੀਆਂ ਵੋਟਾਂ ਪਾਈਆਂ ਉਹ ਪਰਿਵਾਰ ਚਲਾਉਂਦਾ ਨਾ ਤਾਂ ਸਪਸ਼ਟ ਆ ਜੋ ਪਰਿਵਾਰ ਦਾ ਕਾਲ ਤਖਤ ਤੇ ਕਬਜ਼ਾ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਸਾਰੀ ਦੁਨੀਆ ਜਾਣਦੀ ਆ ਉਹ ਤਾਂ ਚਲਾ ਹੀ ਪਰਿਵਾਰ ਹੈਗਾ ਪਰਿਵਾਰ ਚਾਹੁੰਦਾ ਵੀ ਮੇਰਾ ਭਾਵੇਂ ਪੋਲੀਟੀਕਲੀ ਤੌਰ ਤੇ ਪਰਿਵਾਰ ਜਿਹੜਾ ਧੌਣ ਪਰ ਨਹੀਂ ਕਰਤਾ ਲੋਕਾਂ ਨੇ ਪਰ ਧਰਮ ਤੇ ਉਹਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਉਹ ਬਰਕਰਾਰ ਰੱਖਣਾ ਚਾਹੁੰਦਾ ਉਹ ਜੇ ਹੈਗਾ ਤੇ ਸਿੱਖ ਪੰਥ ਦੇ ਵਿੱਚ ਜਾਗਰੂਕਤਾ ਵੀ ਆ ਰਹੀ ਆ ਜਾਗਰੂਕਤਾ ਆ ਕੇ ਉਹਨੂੰ ਪਤਾ ਵੀ ਲੱਗ ਰਿਹਾ ਹੁਣ 40-42 ਮੈਂਬਰ ਟੁੱਟੇ ਨੇ ਚਾਹੇ ਕਿਵੇਂ ਵੀ ਆ ਪਰ ਅੰਦਰ ਕੋਈ ਨਾ ਕੋਈ ਬਗਾਵਤ ਤਾਂ ਹੈਗੀ ਉਹਨਾਂ ਨੇ ਜੁਰਤਾ ਕੀਤੀ ਨਾ ਬਗਾਵਤ ਦੀ ਵੀ ਯਾਰ ਇਹ ਨਹੀਂ ਵੀ ਤੂੰ ਜੋ ਸੁਖਵੀਰ ਕਹੇ ਵੀ ਹਾਂ ਜੀ ਆਹ ਕਰਤਾ ਤੇ ਦਿਨ ਨੂੰ ਦਿਨ ਕਹਿਣਾ ਤੇ ਰਾਤ ਨੂੰ ਰਾਤ ਕਹਿਣਾ ਉਹ ਚੈਲੰਜ ਹੋ ਗਈ ਉਹਦੀ ਅਥਾਰਟੀ ਇਹਨੂੰ ਇਸ ਰੂਪ 'ਚ ਤੁਸੀਂ ਦੇਖੋਗੇ ਤੇ ਜਦੋਂ ਕੋਈ ਅਥਾਰਟੀ ਚੈਲੰਜ ਹੁੰਦੀ ਆ ਉਦੋਂ ਲਿਸੰਕਟ ਆ ਜਦੋਂ ਹੁਣ ਤੁਸੀਂ 2020 ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜਾਓਗੇ 2002 ਦੇ ਵਿੱਚ ਉਦੋਂ ਜਦੋਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਆਇਆ ਤਾਂ ਉਹਦੇ ਜਨਰਲ ਹਾਊਸ ਦੀ ਚੋਣ ਆ ਨਾ ਜਦੋਂ ਸ਼੍ਰੋਮਣੀ ਦੇ ਮੈਂਬਰਾਂ ਦੀ ਚੋਣ ਹੁੰਦੀ ਜਿਹੜੀ ਕਿ ਹੋਈ ਨਹੀਂ 20 ਸਾਲ ਤੋਂ ਹੋਈ ਨਹੀਂ ਉਹ ਕੀ ਆ ਇਹੀ ਆ ਵੀ ਉਦੋਂ ਇਹਨੇ ਬਾਲਾਸਰ ਜਿਹੜਾ ਫਾਰਮ ਆ ਬਾਦਲਾਂ ਦਾ ਉੱਥੇ ਲਿਜਾ ਕੇ ਮੈਂਬਰ ਲਕੋਲੇ ਸੀ ਇਹਨੂੰ ਇਹ ਸੀ ਵੀ ਯਾਰ ਇਹ ਮੈਂਬਰਾਂ ਨੇ ਸਾਡੇ ਮੁਤਾਬਕ ਨਹੀਂ ਚੱਲਣਾ ਇਹਦੇ ਵਿੱਚੋਂ ਨਵਾਂ ਧੜਾ ਉੱਭਰੂ ਉਹਦੇ ਵਿੱਚੋਂ ਤਲੋਚ ਸਿੰਘ ਦਪਾਲਪੁਰ ਭੱਜ ਕੇ ਆਏ ਕੋਈ ਹੋਰ ਮੈਂਬਰ ਵੀ ਆਏ ਬਗਾਵਤ ਕਰਕੇ ਸੋ ਉਹਨਾਂ ਨੂੰ ਇਹ ਹੁੰਦਾ ਵੀ ਮੇਰਾ ਹੱਕ ਰਹੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਇੰਨੇ ਕਾਣੇ ਹੋ ਚੁੱਕੇ ਆ ਉਹਨਾਂ ਲਾਹੇ ਲੈ ਚੁੱਕੇ ਆਪਣੇ ਕਾਰੋਬਾਰ ਕਰ ਚੁੱਕੇ ਉਹ ਵਿਚਾਰੇ ਹੁਣ ਬੋਲਣ ਜੋਗੇ ਨਹੀਂ ਸੁਖਵੀਰ ਸਾਹਮਣੇ ਕਾਣੇ ਹੀ ਇੰਨੇ ਆ ਉਹ ਜਿਵੇਂ ਕਹੂਗਾ ਉਵੇਂ ਜਿਵੇਂ ਮੰਨਣੀ ਪੈਣੀ ਆ ਉਹਨੇ ਕਾਰੋਬਾਰ ਸੈੱਟ ਕਰ ਲੇ ਸਭ ਕੁਝ ਸੈੱਟ ਕਰ ਲੇ ਇਸ ਹਮਾਮਤ ਜਿਵੇਂ ਆਪਾਂ ਕਹਿੰਦੇ ਸਾਰੇ ਨੰਗੇ ਨੇ ਜਾਏ ਇਸ ਗੰਦ ਤੋਂ ਸਾਰੇ ਲਿਬੜੇ ਹੋਏ ਨੇ ਹਮਾਮ ਦੀ ਬਜਾਏ ਸ਼ਬਦ ਵਰਤ ਗਏ ਸੋ ਇਸ ਕਰਕੇ ਉਹਦੀ ਮਜਬੂਰੀ ਬਣ ਗਈ ਵੀ ਜਿਵੇਂ ਉਹ ਚਲਾਉਣਾ ਚਲਾਉਣਾ ਕਹਿੰਦੇ ਅੱਲਾ ਕਹਿੰਦਾ ਆਪਾਂ ਨੂੰ ਕੀ ਆ ਵਧੀਆ ਉਹਦੇ ਮਿਲੀ ਜਾਂਦੇ ਨੇ ਖਾਣ ਪੀਣ ਵਾਲੀਆਂ ਪੋਸਟਾਂ ਨੇ ਇਹ ਕਾਰੋਬਾਰ ਦੀਆਂ ਪੋਸਟਾਂ ਨੇ ਚਲਾਈ ਚੱਲੋ ਉਹ ਚੱਲੀ ਜਾਂਦਾ ਹੈਗਾ ਉਹਦਾ ਸਿੱਖੀ ਨਾਲ ਕੋਈ ਸਰੋਕਾਰ ਨਹੀਂਗਾ ਸਿੱਖੀ ਸਿਧਾਂਤ ਨਾਲ ਕੋਈ ਸਰੋਕਾਰ ਨਹੀਂ ਆਪਦਾ ਰੋਟੀਆਂ ਕਾਰਨ ਪੂਰੇ ਤਾਲ ਆ ਅੱਲਾ ਕਹਿੰਦਾ ਚੱਲੀ ਜਾਂਦਾ ਵਧੀਆ ਗੱਲ ਹੁਣ ਜਿਵੇਂ ਕਿ ਉਹਨਾਂ ਨੇ ਆਪ ਆਹੂਆ ਖੜਾ ਕੀਤਾ ਅਕਾਲ ਤਖਤ ਦੇ ਜਥੇਦਾਰ ਨੇ ਲੋ ਜੀ ਜੇ ਹੁਣ ਨਵੀਂ ਚੋਣ ਹੋ ਗਈ ਭਾਜਪਾ ਆ ਜੂ ਉਹ ਵੀ ਇਹੀ ਆ ਵੀ ਚੋਣ ਨਾ ਹੋਵੇ ਜਿਹੜੀ 20 ਸਾਲ ਤੋਂ ਨਹੀਂ ਹੋਈ ਇਹ ਜਿਉਂਦਾ ਤੋਂ ਤਾਂ ਉਮਰ ਲਈ ਸਦਗਾ ਤੱਕ ਇਸੇ ਪਰਿਵਾਰ ਦੇ ਜਾਂ ਕਬਜ਼ਾ ਨਰਵਿਘਨ ਚੱਲਿਆ ਆਵੇ ਇਹ ਹਊਏ ਤਹਿਤ ਕਿਉਂਕਿ ਭਾਜਪਾ ਜੂ ਜੇ ਨਵੀਂ ਚੋਣ ਹੋ ਗਈ ਭਾਜਪਾ ਜੂ ਨਵੀਂ ਚੋਣ ਹੋ ਗਈ ਸੋ ਇਹ ਜਿਹੜਾ ਪਰਿਵਾਰ ਆ ਕੋਈ ਨਾ ਕੋਈ ਨੇ ਦੁਸ਼ਮਣ ਖੜਾ ਰੱਖਣਾ ਹੁੰਦਾ ਪਹਿਲਾਂ ਕਾਂਗਰਸ ਨੂੰ ਦੁਸ਼ਮਣ ਬਣਾ ਕੇ ਰੱਖਿਆ ਕਾਂਗਰਸ ਦੀ ਜਮਾਤ ਆ ਸਾਡੇ ਅਕਾਲ ਤਖਤ ਹਮਲਾ ਕੀਤਾ ਕਾਂਗਰਸ ਦੀ ਐਂ ਕਰਤਾ ਹੁਣ ਕਾਂਗਰਸ ਖਤਮ ਹੋ ਗਈ ਆਪਣੇ ਆਪ ਹੁਣ ਕਾਂਗਰਸ ਦਾ ਨਾਂ ਲੈਣੋਂ ਹਟ ਗਏ ਨਾਂ ਲੈਣ ਭਾਜਪਾ ਦਾ ਦੁਸ਼ਮਣ ਨਹੀਂਗੀ ਭਾਜਪਾ ਦਾ ਸਿੱਖਾਂ ਦਾ ਕੀਤਾ ਨਹੀਂਗਾ ਪਰ ਉਹਨੇ ਭਾਜਪਾ ਦੇ ਕਿਉਂਕਿ ਵਜ਼ੀਰੀਆਂ ਮਾਣ ਲਈਆਂ ਸਾਰਾ ਕੁਛ ਮਾਣ ਲਿਆ ਉਹ ਸਾਰਾ ਕੁਛ ਐਡਾ ਕਾਰੋਬਾਰ ਸੈੱਟ ਕਰ ਲਏ ਹੁਣ ਉਹਨੂੰ ਭਾਜਪਾ ਮਾੜੀ ਲੱਗਣ ਲੱਗ ਗਈ ਪਰ ਅੰਦਰੋਂ ਅੰਦਰੀ ਭਾਜਪਾ ਨਾਲ ਨੇ ਰਾਸ਼ਟਰਪਤੀ ਦੀ ਚੋਣ 'ਚ ਉਹਨੇ ਵੋਟ ਪਾਈ ਹੈ ਤੇ ਅੰਦਰੋਂ ਅੰਦਰੀ ਉਹ 2024 ਦੀ ਚੋਣ ਆ ਰਹੀ ਆ ਉਹਦੀ ਖਾਤਰ ਕਮਰ ਕਸੇ ਕਰੀ ਮਿਲ ਕੇ ਲੜਾਂਗੇ ਪਰ ਅਕਾਲ ਤਖ਼ਤ ਜਹਿਰ ਨੂੰ ਮੂਹਰੋਂ ਸਸਕੇਰਿਆ ਹੋਇਆ ਵੀ ਤੂੰ ਆਹ ਬੋਲ ਵੀ ਚੋਣ ਨਾ ਹੋਵੇ ਚੋਣ ਹੋਣੀ ਨਹੀਂ ਚਾਹੀਦੀ ਸਦੀਆਂ ਤੱਕ ਸਾਡਾ ਕਬਜ਼ਾ ਰਹਿਣਾ ਚਾਹੀਦਾ ਇਹ ਸਾਰਾ ਕੁਛ ਇਹੀ ਆ ਵਿਵਾਦ ਤੋਂ ਨਾ ਸਿੱਖੀ ਜਿਹੜੀ ਖੜੀ ਆ ਇਹ ਆਮ ਧਰਮ ਨਹੀਂ ਹਿੰਦੂ ਵਾਂਗੂ ਇਹ ਵਾਦ ਸੰਵਾਦ ਇਹ ਡਾਇਲੋਗ ਡਿਬੇਟ ਤੇ ਡਿਸੈਂਟ ਤੇ ਖੜੀ ਆ ਤਿੰਨ ਚੀਜ਼ਾਂ ਨੇ ਡਿਬੇਟ ਆ ਡਾਇਲੋਗ ਆ ਡਿਸੈਂਟ ਆ ਸਹਿਮਤੀ ਵੀ ਇਹ 'ਚ ਵੀ ਇਹ ਗੱਲ ਤਾਂ ਮੇਰੀ ਸਹਿਮਤੀ ਆ ਉਹ ਸਿਧਾਂਤ ਤਾਂ ਗੁਰੂ ਨੇ ਸਾਨੂੰ ਦਿੱਤਾ ਉਹਨੇ ਪੈਰਾਮੀਟਰ ਦੇ ਆਧਾਰ 'ਤੇ ਤੁਸੀਂ ਪਰਖਣਾ ਵੀ ਆਹ ਕੀ ਆ ਜਿਵੇਂ ਕਿ ਮੈਂ ਭਾਈ ਬਾਲੇ ਵਾਲੀ ਗੱਲ ਦੱਸਤੀ ਵੀ ਹੁਣ ਜੇ ਭਾਈ ਬਾਲੇ ਵਾਲੇ ਤਾਂ ਕਿੰਤੂ ਕੀਤਾ ਵੀ ਭਾਈ ਬਾਲੇ ਵਾਲੀ ਜਨਮ ਹੈ ਕਿ ਤਾਂ ਲੱਚਰ ਆ ਤੁਹਾਨੂੰ ਉਹਦੀਆਂ 8 ਜਨਮ ਸਾਖੀਆਂ ਇਹੋ ਜਿਹੀਆਂ ਵੀ ਕੋਈ ਸਿੱਖ ਉਹ ਸਿਖਾਉਣ ਦੀ ਜ਼ਰੂਰਤ ਨਹੀਂ ਕਰ ਸਕਦਾ ਪਰ ਸਿੱਖ ਪੜ੍ਹੀ ਗਏ ਸਦੀਆਂ ਤੋਂ ਉਹਨੂੰ ਲਪੇਟ ਕੇ ਰੱਖੀ ਗਏ ਨੇ ਬਾਕੀ ਜਦੋਂ ਉਹਨੂੰ ਛਾਪੀ ਪੰਜਾਬ ਨੂੰ ਛਾਪੀ ਉਹਨਾਂ ਨੂੰ ਜ਼ਰੂਰਤ ਵੀ ਨਹੀਂ ਪਈ ਉਹ 8 ਸਾਖੀਆਂ ਕੱਢ ਕੇ ਛਾਪੀ ਉਹਨੇ ਤੇ ਸਿੱਖ ਪੜ੍ਹੀ ਗਏ ਤੇ ਸਿੱਖਾਂ ਨੇ ਫਿਰ ਚੇਤਨਾ 'ਚ ਇਨਕਲਾਬ ਕਿਹਨੇ ਲਿਆਂਦਾ ਤੁਸੀਂ ਕਹਿੰਦਾ ਵਿਵਾਦ ਛੇੜਤਾ ਉਦੋਂ ਵੀ ਤਾਂ ਵਿਵਾਦ ਹੀ ਸੀ ਨਾ ਲਓ ਜੀ ਸਿੱਖਾਂ ਫਿਰ ਤਾਂ ਕਹੋ ਵੀ ਲਓ ਜੀ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਵਿਵਾਦ ਛੇੜਤਾ ਸਿੰਘ ਸਭਾ ਨੇ ਸਿੰਘ ਸਭਾ ਨੇ ਕੀਤਾ ਵੀ ਨਹੀਂ ਇਹ ਤਾਂ ਗੁਰੂ ਦੀ ਤਹੀਨ ਆ ਜਿਹੜੀ ਸਿੱਖ ਪੜ੍ਹੀ ਜਾਂਦੇ ਆ ਭਾਈ ਬਾਲੇ ਵਾਲੀ ਜਨਮ ਸਾਖੀ ਸਿੰਘ ਸਭਾ ਨੇ ਬੰਦ ਕਰਵਾਈ ਜੀ ਤੇ ਜੇ ਹੁਣ ਸਨਾਤਨੀ ਕਹਿਣਗੇ ਉਹ ਲਓ ਜੀ ਉਹ ਤਾਂ ਵਿਵਾਦ ਛੇੜਤਾ ਸਿੱਖਾਂ 'ਚ ਤਾਂ ਪਹਿਲਾਂ ਹੀ ਬੜੇ ਵਿਵਾਦ ਸੀ ਤਾਂ ਭਾਈ ਬਾਲੇ ਵਾਲੀ ਫਿਰ ਐਂ ਕਰ ਲਓ ਬਾਲੇ ਵਾਲੀ ਜਨਮ ਸਾਖੀ ਐਜੈਂਟ ਸਾਹਿਬ ਲਓ ਹੁਣ ਅੱਜ ਸਾਹਿਬ ਲਓ ਜੇ ਵਿਵਾਦਾਂ ਤੋਂ ਵੀ ਡਰਨਾ ਸਿੱਖਾਂ ਨੇ
ਉਹਨੂੰ ਕਹੋ ਵੀ ਤੁਸੀਂ ਐਜ ਇਟ ਸਭ ਤੋਂ ਅੱਠਾਂ ਸਾਖੀਆਂ ਲਿਆਓ ਬੱਚਾ ਪੜ੍ਹਨ ਦਿਓ ਸਿੱਖਾਂ ਨੂੰ ਬੱਚਾ ਬੱਚੀ ਪੜ੍ਹੇ ਵੀ ਆਹ ਕੀ ਲਿਖਿਆ ਰਾਈ ਸਾਹਿਬ ਜਾਂਦੇ ਉਹ ਜ਼ਰੂਰਤ ਨਹੀਂ ਕਰਨਗੇ ਹੁਣ ਤੋਂ ਪਤਾ ਲੱਗ ਗਿਆ ਉਹ ਸਥਾਪਿਤ ਐਂ ਹੁੰਦਾ ਉਹਨੇ ਜਦੋਂ ਗਲਤ ਕੰਮ ਚੱਲ ਰਿਹਾ ਪਰੰਪਰਾ ਚੱਲ ਪਈ ਉਹ ਤਾਂ ਕੋਈ ਬੁੱਧੀਜੀਵੀ ਕੋਈ ਜੁੜੇ ਹੋਏ ਗੁਰੂ ਦੀ ਰੋਸ਼ਨੀ 'ਚ ਪੈਰਾਮੀਟਰ ਦੀ ਰੋਸ਼ਨੀ 'ਚ ਹੀ ਉਹ ਗੱਲ 'ਚ ਜਿਹੜਾ ਸੱਚ ਆ ਕੂੜ ਦੀ ਜਿਹੜੀ ਧੂੜ ਚੰਮ ਚੁੱਕੀ ਹੁੰਦੀ ਆ ਸਿਧਾਂਤ ਥੱਲੇ ਲੱਗ ਚੁੱਕੇ ਹੁੰਦੇ ਆ ਉਹ ਤੋਂ ਕਿਸੇ ਢੰਗ ਨਾਲ ਬਹੁਤ ਕੁ ਬੰਦੇ ਹੀ ਉਹਨੂੰ ਲਾਉਂਦੇ ਆ ਜਿਵੇਂ ਸਿੰਘ ਸਭਾ ਸਕੂਲ ਆਫ ਥਾਟ ਨੇ ਲਾਇਆ ਇਹ ਕਾਰਜ ਕਰਨਾ ਪੈਂਦਾ ਹੁੰਦਾ ਸਿੱਖੀ 'ਚ ਵਿਤਕਰਾ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਜਿਹੜਾ ਜਾਤ ਪਾਤ ਦੇ ਆਧਾਰ 'ਤੇ ਨਾ ਸੰਪਰਦਾਵਾਂ ਜਾਂ ਸਿੰਘਾਂ 'ਚ ਉਹਦੇ ਲਈ ਅਸੀਂ ਯਤਨਸ਼ੀਲ ਲੱਗੇ ਹੋਏ ਹਾਂ ਜੀ ਹਾਂ ਪਰ ਸਾਨੂੰ ਪਤਾ ਵੀ ਇਹ ਜਹਿਦਰ ਦੇ ਕੋਈ ਹੋਰ ਆਜੇ ਤਾਮ ਨਹੀਂ ਕਰ ਸਕਦਾ ਕਿਉਂਕਿ ਪਿੱਛੋਂ ਜਿੰਨਾ ਜ਼ਰ ਨੂੰ ਇਸ਼ਾਰਾ ਨਹੀਂ ਮਿਲਦਾ ਬਾਦਲ ਪਰਿਵਾਰ ਵੱਲੋਂ ਉਹ ਕੁਛ ਨਹੀਂ ਕਰ ਸਕਦਾ ਨਹੀਂ ਪਰ ਸਦਾ ਤਾਂ ਨਹੀਂ ਉਹ ਰਹਿਣਗੇ ਹਾਂ ਇਹ ਤਾਂ ਕੁਛ ਬਦਲੂ ਇਹ ਤਾਂ ਪਰ ਚਾਹੀਦਾ ਹੀ ਆ ਗੁਰੂ ਸਾਹਿਬ ਨੇ ਤਾਂ ਇਹ ਕੀਤਾ ਹੀ ਹੈ ਨਾ ਵੀ ਜੋ ਮਸੰਦ ਵੀ ਆਏ ਨੇ ਉਹ ਇੱਕ ਉਹਦਾ ਉਮਰ ਹਟਾ ਕੇ ਖਤਮ ਹੋਏ ਨੇ ਸਿੱਖਾਂ ਦੇ ਵਿੱਚ ਚੇਤਨਾ ਤਾਂ ਪੈਦਾ ਹੋ ਗਈ ਹੈ ਨਾ ਵੀ ਜੇ ਉਹਨੂੰ ਰਾਸੀ ਤੌਰ ਤੇ ਅੱਜ ਮਿੱਟੀ 'ਚ ਰੋਲਿਆ ਸਿੱਖਾਂ ਨੇ ਤਾਂ ਕੱਲ ਨੂੰ ਧਰਮ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਧਰਮ ਦੇ ਕਬਜ਼ਾ ਦੇ ਵਿੱਚ ਉਹਨਾਂ ਨੇ ਆਲ ਕਿਹਾ ਹੈਗਾ ਔਨ ਰਿਕਾਰਡ ਉਹਨਾਂ ਨੇ ਸਟੇਜ ਤੋਂ ਸਟੇਟਮੈਂਟ ਦਿੱਤੀ ਹੈ ਵੀ ਅਕਾਲੀ ਦਲ ਬਾਦਲ ਪਰਿਵਾਰ ਦੀ ਕੋਈ ਨਿੱਜੀ ਜਾਇਦਾਦ ਨਹੀਂ ਉਹ ਤਾਂ ਕਹਿੰਦਾ ਦਾਵਾ ਕਰਦਾ ਠੀਕ ਹੈ ਉਹ ਤਾਂ ਇਹ ਜਿਹਾ ਜਬਲੀਆਂ ਮਾਰਨ ਦਾ ਕੰਮ ਆ ਮੂਹਰੇ ਦੇਖੀ ਜਾਂਦੇ ਨਾ ਉਸ ਪੱਤਰ ਦਾ ਸਵਾਲ ਸੁਣਦਾ ਨਾ ਪੱਤਰ ਨੇ ਸਵਾਲ ਕਰਨੇ ਹੁੰਦੇ ਆ ਉਹ ਤਾਂ ਲੋਕਾਂ ਨੂੰ ਪਤਾ ਉਹਦਾ ਕਹਿਣ ਦਾ ਨਿੱਜੀ ਜ਼ਖੀਰ ਨੇ ਪਰਿਵਾਰ ਦੀ ਜੇ ਨਹੀਂ ਜ਼ਖੀਰ ਤੂੰ ਛੱਡ ਕੇ ਪਸੇ ਹਾ ਜਾ ਉਹ ਤਾਂ ਪ੍ਰੂਫ ਤਾਂ ਫੇਰ ਹੀ ਕਰੂ ਨਾ ਵੀ ਕੋਈ ਨਿੱਜੀ ਜ਼ਖੀਰ ਨਹੀਂ ਲਓ ਜੀ ਐਂ ਕਰਾਂਗੇ ਅਸੀਂ ਜੀ ਵੱਡੀਆਂ ਤਬਦੀਲੀਆਂ ਕੀਤੀਆਂ ਇੱਥੇ ਆਹ ਕੀਤਾ ਤੂੰ ਛੱਡ ਕੇ ਤਾਂ ਪਾਸੇ ਹੋ ਜੋ ਛੱਡ ਕੇ ਪਾਸੇ ਹੋਗਾ ਲਓ ਜੀ ਆਹ ਸੰਭੋ ਆਹ ਚੱਲੇ ਆ ਫਿਰ ਮੰਨੋਗੇ ਠੀਕ ਹੈ ਨਾ ਫਿਰ ਹੀ ਮੰਨਾਂਗੇ ਇਹ ਕਹਿਣ ਦਾ ਥੋੜਾ ਹੁੰਦਾ ਲੋਕਾਂ ਦਾ ਪਤਾ ਹੁਣ ਲੋਕ ਇਹ ਕਹਿਣ ਦਾ ਲੋਕ ਵੋਟ ਪਾ ਦੇਣਗੇ ਇਹ ਗੱਲਾਂ ਉਹਨੇ ਕਹੀਆਂ ਪਰ ਸੰਗਰੂਰ 'ਚ ਤਾਂ ਹੁਣ ਪਰਨੇ ਕੀਤਾ ਨਾ ਲੋਕਾਂ ਨੇ ਇਹ ਕਹਿਣ ਨਾਲ ਨਹੀਂ ਹੁੰਦਾ ਇਹ ਬਥੇਰੀਆਂ ਕੁਛ ਕਹੀ ਜਾਂਦਾ ਬਰਗਾੜੀ ਕਾਂਡ ਦੇ ਵਿੱਚ ਕੀ ਕਹਿਰ ਵਰਤਾਇਆ ਉਹਨਾਂ ਨੇ ਸਾਰਾ ਕੁਛ ਕਹਿੰਦਾ ਸਾਡਾ ਜੀ ਉਹ ਨਹੀਂ ਸਾਡਾ ਐ ਨਹੀਂ ਜੀ ਉਹ ਕੱਖ ਨਾ ਰਹੇ ਜਿਹੜਾ ਕੋਈ ਹੋ ਜੇ ਬਰਗਾੜੀ ਕਾਂਡ ਦਾ ਜੱਗ ਜਹਾਰਾ ਨਾ ਇਹਦੀ ਸਰਕਾਰ 'ਚ ਇਹਦੇ ਆਰਡਰ ਤੇ ਨਿਰਦੋਸ਼ ਮੁੰਡੇ ਮਾਰੇ ਨੇ ਸਾਰੀ ਜਿਹੜੀ ਜਾਂਚ ਆ ਸਾਰੀ ਡੀ ਟਰੈਕ ਕੀਤੀ ਆ ਉਹ ਮਿਲ ਕੇ ਚੱਲੇ ਨੇ ਮਹਾਰਾਜੇ ਨਾਲ ਵੀ ਯਾਰ ਤੂੰ ਕੀ ਲੈਣਾ ਫਿਰ ਉੱਥੇ ਬਰਗਾੜੀ ਮੋਰਚਾ ਲੱਗਿਆ ਫਿਰ ਉਹ ਮਾਨ ਸਾਹਿਬ ਮੰਡ ਹੋਣੀ ਵਿਚਾਰੇ ਹੱਥ 'ਚ ਆ ਗਈ ਲੀਡਰਸ਼ਿਪ ਉੱਥੋਂ ਪੈਸੇ ਇਕੱਠੇ ਕਰਕੇ ਆ ਗਏ ਉਹਨੇ ਮੋਰਚਾ ਵਾਪਸ ਲੈ ਲਿਆ ਸਾਰਾ ਕੁਛ ਇਹ ਤਾਂ ਆਪਾਂ ਦੇਖਿਆ ਹੀ ਆ ਨਾ ਕਹਿੰਦੇ ਕਹਿਣ ਦੀ ਗੱਲ ਨਾ ਜਾਓ ਉਹ ਤਾਂ ਲੋਕ ਦੇਖਦੇ ਨੇ ਲੋਕ ਸਿਆਣੇ ਹੋ ਚੁੱਕੇ ਨੇ ਪੰਥ ਦਾ ਇੱਕ ਹਿੱਸਾ ਉਹ ਸਾਰਾ ਜਾਣਦਾ ਉਹ ਗੱਲਾਂ ਨੂੰ ਸਿਆਸੀ ਤੌਰ 'ਤੇ ਖੇਹ ਕਰਤੀ ਹੁਣ ਉਹ ਸਿਆਸੀ ਜ਼ਮੀਨ ਹਾਸਲ ਕਰਨ ਦੀ ਖਾਤਰ ਤਾਂ ਪ੍ਰੈਕਟਿਸ ਕਰ ਰਹੇ ਨੇ ਕਿ ਕੋਈ ਕਦੇ ਸਿੰਘ ਬੰਦੀ ਸਿੰਘਾਂ ਦਾ ਮਸਲਾ ਲਿਆਉਂਦੇ ਨੇ ਕਿਤੇ ਕਾਸੇ ਦਾ ਲਿਆਉਂਦੇ ਨੇ ਕਦੇ ਕੋਸੇ ਦਾ ਲਿਆਉਂਦੇ ਨੇ ਉਹਨੂੰ ਮੁੱਦੇ ਨਹੀਂ ਲੱਭਦੇ ਜੀ ਵੀ ਯਾਰ ਆਪਾਂ ਕਿਹੜਾ ਚੱਕੀਏ ਉਹਨੂੰ ਲੱਗਦਾ ਸੀ ਬੰਦੀ ਸਿੰਘ ਵਾਲੇ ਦਾ ਪੰਜਾਬ 'ਚ ਕਰ ਲਾਂਗੇ ਉਹ ਬੱਚੀ ਬੱਚੇ ਨੂੰ ਪਤਾ ਬੰਦੀ ਸਿੰਘ ਤਾਂ ਤੁਹਾਡੇ ਕਰਕੇ ਬੈਠੇ ਨੇ ਅਟਲ ਬਿਹਾਰੀ ਵਾਜਪਾਈ ਸਰਕਾਰ ਰਹੀ ਮੋਦੀ ਦੀ ਸਰਕਾਰ ਰਹੀ ਉਹ ਸਰਕਾਰ ਦੇ ਭਾਈਵਾਲ ਰਹੇ ਹੋ ਇੱਥੇ ਭਾਜਪਾ ਦੀ ਸਰਕਾਰ ਨਾਲ ਭਾਈਵਾਲ ਉੱਥੇ ਬੰਦੀ ਸਿੰਘ ਨਾਲ ਮੁੱਦਾ ਨਹੀਂ ਉਠਾਇਆ ਜਿਹੜਾ ਕਿ ਪੰਜਾਬ ਸਰਕਾਰ ਨੇ ਲਿਖਣੇ ਸੀ ਜ਼ਿੰਮੇਵਾਰੀ ਕੱਢੋ ਉਹਨੂੰ ਬਾਹਰ ਰਿਪੋਰਟਾਂ ਪੁਲਿਸ ਨੇ ਦੇਣਗੀਆਂ ਨਾ ਉਹਦੇ ਖਿਲਾਫ ਤਾਂ ਡੀਜੀਪੀ ਤੁਹਾਡਾ ਗਾ ਅੱਜ ਤੁਹਾਨੂੰ ਬੰਦੀ ਸਿੰਘ ਯਾਦ ਆ ਗਏ ਇਹ ਤਾਂ ਦੁਨੀਆਂ ਜਾਣਦੀਆਂ ਨਾ ਇਸ ਕਰਕੇ ਜਾਗਦਾ ਨੂੰ ਪੈਂਦੀ ਨਹੀਂ ਪਾਇਆ ਜਾਂਦਾ ਲੋਕਾਂ ਨੂੰ ਨਾ ਹੀ ਅੱਖੀਂ ਘੱਟਿਆ ਪਾਇਆ ਜਾ ਸਕਦਾ ਲੋਕ ਜਾਣਗੇ ਹੁਣ ਤਾਂ ਧਰਮ 'ਤੇ ਜ਼ਰੂਰ ਕਬਜ਼ਾ ਇਸੇ ਕਰਕੇ ਚੋਣ ਨਹੀਂ ਹੋਣ ਦੇ ਰਹੇ ਵੀ ਜਿਹੜੀ ਚੋਣ ਆ ਉਹ ਲਗਾਤਾਰ ਲਟਕਾਈ ਜਾ 20 ਸਾਲ ਤੋਂ ਲਟਕੀ ਆ ਰਹੀ ਆ ਤੇ ਸਟੇਟ ਵੀ ਨਹੀਂ ਚਾਹੁੰਦੀ ਵੀ ਜੋ ਅਸੀਂ ਚਾਹੁੰਦੇ ਹਾਂ ਆਰਐਸ ਦਾ ਏਜੰਡਾ ਉਹੀ ਲਾਗੂ ਹੀ ਕਰ ਰਹੇ ਨੇ ਨਵੀਂ ਟੀਮ ਨੂੰ ਕੀ ਦੇਣਾ ਨਵੀਂ ਟੀਮ ਤਾਂ ਉਹ ਵੀ ਹੋਊ ਜੋ ਆਰਐਸ ਦਾ ਏਜੰਡਾ ਉਹ ਲਾਗੂ ਕਰਨਾ ਚਾਹੁੰਦੀ ਆ ਜਿਵੇਂ ਉਹ ਕਾਲਤਾ ਦੀ ਰਹਿਤ ਮਰਿਆਦਾ ਦਾ ਘਾਣ ਹੋ ਰਿਹਾ ਨਾਨਕ ਸਾਹਿਬ ਕੈਲੰਡਰ ਦਾ ਘਾਣ ਹੋ ਰਿਹਾ ਉਵੇਂ ਜਿਵੇਂ ਸਾਰਾ ਕੁਝ ਚੱਲ ਪਿਆ ਉਵੇਂ ਜਿਵੇਂ ਵਰਸੀਆਂ ਉਵੇਂ ਜਿਵੇਂ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਨੂੰ ਹੋਰ ਸਟੇਟ ਕੀ ਚਾਹੁੰਦੀ ਹੁੰਦੀ ਆ ਇਹ ਕੁਝ ਚਾਹੁੰਦੀ ਜਿਹੜੀ ਕੇਂਦਰੀ ਹਕੂਮਤ ਉਹ ਇਹ ਲਾਗੂ ਹੀ ਕਰ ਰਹੇ ਨੇ ਜਿਹਨੂੰ ਹੋਰ ਨੇੜਤਾ ਬਣੂ ਇਹ ਹੋਰ ਤੇਜ਼ੀ ਨਾਲ ਲਾਗੂ ਕਰ ਦੇਣਗੇ ਉਹਨਾਂ ਦਾ ਇਹ ਸਾਰਾ ਕੁਝ ਚੱਲ ਰਿਹਾ ਸੋ ਇਸ ਕਰਕੇ ਕੇਂਦਰੀ ਹਕੂਮਤ ਨੂੰ ਇਹਦਾ ਕੋਈ ਖਤਰਾ ਨਹੀਂ ਉਹ ਤੋਂ ਤੇ ਹੀ ਚੱਲਣਾ ਇਹਨਾਂ ਦਾ ਪਰ ਵਕਤ ਆ ਗੁਰੂ ਸਾਹਿਬ ਦੇ ਨਾਲ ਕੋਈ ਧੋਖਾ ਤਾਂ ਲੰਬਾ ਸਮਾਂ ਕਰ ਨਹੀਂ ਸਕਦਾ ਆਖਰ ਇਨਸਾਫ ਤਾਂ ਉਹਨਾਂ ਦੇ ਹੱਥ 'ਚ ਹੀ ਹੋਣਾ ਕਦੇ ਆ ਜੂ ਵਕਤ ਇਹਨਾਂ ਦਾ ਵੀ ਸਿੱਖ ਪੰਥ ਜਿਹੜਾ ਹੈਗਾ ਇਹਨਾਂ ਨੂੰ ਵੀ ਪਾਸੇ ਕਰ ਦੂ ਧਰਮ ਤੋਂ ਵੀ ਇਹਨਾਂ ਦਾ ਕਬਜ਼ਾ ਦੂਰ ਹੋ ਜੂ ਵੀ ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੈਗਾ ਗੁਰੂ ਨਾਨਕ ਸਾਹਿਬ ਬਾਰੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਤੇ ਕਿਸੇ ਦਿਨ ਜਗ ਤੋਂ ਚਾਨਣ ਹੋਣਗੀਆਂ ਸਾਰਾ ਕੁਛ ਹੋ ਜਾਣਾ ਜੀ ਰਾਈ ਸਾਹਿਬ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਉਮੀਦ ਇਹ ਵੀ ਕਰਦੇ ਹਾਂ ਜਦੋਂ ਅਗਲੀ ਵਾਰ ਆਪਾਂ ਜ਼ਰੂਰ ਜਲਦੀ ਮਿਲਾਂਗੇ ਤੇ ਤੁਹਾਡੇ ਕੋਲੇ ਜਿਹੜੇ ਸਾਡੇ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਤੇ ਉਹ ਜਵਾਬ ਜ਼ਰੂਰ ਹੋਣਗੇ ਕੋਈ ਗੱਲ ਨਹੀਂ ਜਦੋਂ ਕੋਈ ਮੈਨੂੰ ਪ੍ਰੋਜੈਕਟ ਪੂਰਾ ਕਰ ਲੈਣ ਦੋ ਹਾਂ ਜੇ ਜ਼ਰੂਰ ਦੇ ਮੰਗ ਨਾਲ ਸਟੱਡੀ ਵੱਧ ਜੋ ਲੋਕਾਂ ਨੂੰ ਸਾਰੇ ਸਿਚੁਏਸ਼ਨ ਕਈ ਵਾਰੀ ਅਜੇ ਨਿਖਰ ਕੇ ਨਹੀਂ ਸਾਹਮਣੇ ਆਈ ਹੁੰਦੀ ਨਿਖਰ ਕੇ ਆ ਜਾਂਦੀ ਆ ਉਹਨੂੰ ਸਮਝਣ ਦੀ ਖਾਤਰ ਵੀ ਟਾਈਮ ਲੱਗਦਾ ਦੇਖਣਾ ਹੁੰਦਾ ਚਾਰੇ ਪਾਸੋਂ ਜੀ ਤੱਤੇ ਕਾ ਗੱਲ ਕਹਿਣੀ ਐਵੇਂ ਸਮੇਂ ਤੋਂ ਪਹਿਲਾਂ ਗੱਲਾਂ ਕਹਿਣੀਆਂ ਬਾਹਜਤ ਕਿਸਮ ਦੇ ਸਿੱਧ ਹੁੰਦੀਆਂ ਨੇ ਹਾਸੋ ਹੀਣੀਆਂ ਬਣ ਜਾਂਦੀਆਂ ਨੇ ਉਹਨਾਂ ਤੋਂ ਸਮਾਂ ਦੱਸੂ ਸਾਰਾ ਕੁਝ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ
अगे फिर हाज़र होवांगे किसी होर शख्सियत दे नाल। हुण अपने दोस्त रतनदीप सिंह धालीवाल नूं दिओ इजाजत, तुसीं साडे नाल जुड़े जी, समां दित्ता, तुहाडा बहुत बहुत धन्नवाद। जय जकाल साहब।